सत श्री अकाल जी, आप सब जी का स्वागत है थोड़े अपने YouTube चैनल पॉजिटिव वाइब पंजाब दे उत्ते। अज दी वीडियो स्टार्ट करन तो पहला आपा गल करते हैं जी, अज बड़ा खास दिन है, थोनू सारे नू पता होगा। अज हैगा जी अंतरराष्ट्रीय मां बोली दिहाड़ा, ते पंजाबी मां बोली नू दिल तो प्यार करने वाले ते सत्कार करने वाले नू इस दिहाड़े दियां होणगियां लख लख मुबारकां जी। परमात्मा करे तुसी सारे मां बोली नू बहुत प्यार करो ते दिलों सत्कार करो ते अपनियां आउण वालियां जिहड़ियां पीढ़ियां हैगियां उहनां नू वी इस दे प्रति जाणू करवाओ। ठीक है जी, ते वीडियो स्टार्ट करन तों पहलां राजे आपां इक गल शेयर करदे आं जिहड़ी कि अक्सर मेरे मन दे विच रहिंदी है, ते चंगीआं गल्लां कहिंदे शेयर करनीआं चाहीदीआं तां जो इहनां गल्लां तों कुछ ना कुछ सिखण नू जरूर मिलदा है। ਤੇ ਇਹ ਕਿਹੜਾ ਸਾਡੇ ਪੁਰਾਣੇ ਬਜ਼ੁਰਗ ਹੈਗੇ ਆ ਪਿੰਡ ਦੇ ਵਿੱਚ, ਜਿਵੇਂ ਸੱਥ 'ਚ ਬਜ਼ੁਰਗ ਬੈਠੇ ਹੁੰਦੇ ਆ, ਤੇ ਬਜ਼ੁਰਗ ਗੱਲ ਸੁਣਾਉਂਦੇ ਸੀਗੇ ਕਿ ਕਿਸੇ ਬੰਦੇ ਨੇ ਆ ਕੇ ਕਿਸੇ ਸਿਆਣੇ ਬਾਬੇ ਨੂੰ ਪੁੱਛਿਆ ਕਿ ਕਿਹੜੀ ਭਾਸ਼ਾ ਵਧੀਆ ਹੈ, ਪੰਜਾਬੀ, ਹਿੰਦੀ, ਅੰਗਰੇਜ਼ੀ, ਕਿਹੜੀ ਭਾਸ਼ਾ ਵਧੀਆ ਹੁੰਦੀ ਹੈ। ਤਾਂ ਉਸ ਬਾਬਾ ਜੀ ਬੜੇ ਪੜ੍ਹੇ ਲਿਖੇ ਸੀਗੇ, ਸਿਆਣੇ ਸੀਗੇ, ਉਹਨਾਂ ਨੇ ਉੱਤਰ ਦਿੱਤਾ ਜਿਹੜਾ ਕਿ ਬੜਾ ਵਧੀਆ ਸੀਗਾ। ਉਹ ਕਹਿੰਦੇ ਆ ਜੀ, ਭਾਸ਼ਾ ਜਾਂ ਬੋਲੀ ਉਹ ਚੰਗੀ ਹੈ ਜਿਹੜੀ ਭਾਸ਼ਾ ਦੇ ਵਿੱਚ ਇੱਕ ਇਨਸਾਨ ਦੂਸਰੇ ਇਨਸਾਨ ਦਾ ਦਰਦ ਸਮਝ ਸਕਣ, ਉਹਦੀ ਦੁੱਖ ਤਕਲੀਫ ਵੰਡ ਸਕਣ, ਉਹੀ ਭਾਸ਼ਾ ਸਭ ਤੋਂ ਵਧੀਆ ਹੁੰਦੀ ਹੈ। ਤੇ ਉਹ ਭਾਸ਼ਾ ਕਿਹੜੀ ਹੁੰਦੀ ਹੈ? ਉਹ ਇਨਸਾਨੀਅਤ ਦੀ ਭਾਸ਼ਾ ਹੁੰਦੀ ਹੈ। ਤੇ ਭਾਸ਼ਾ ਕੋਈ ਵੀ ਨਹੀਂ ਮਾੜੀ ਹੁੰਦੀ। ਕਹਿੰਦੇ ਆ ਜੀ, ਮਾਸੀਆਂ ਨਾਲ ਪਿਆਰ ਕਰੋ, ਭੂਆ ਨਾਲ ਪਿਆਰ ਕਰੋ, ਚਾਚੀਆਂ ਨਾਲ ਪਿਆਰ ਕਰੋ, ਪਰ ਮਾਂ ਦਾ ਜਿਹੜਾ ਬਣਦਾ ਸਤਿਕਾਰ ਹੈ ਉਹ ਜ਼ਰੂਰ ਦਿਓ। ਤੇ ਆਪਣੀ ਮਾਂ ਬੋਲੀ ਕਿਹੜੀ ਹੈ ਜੀ? ਭਾਸ਼ਾ ਸਾਰੀਆਂ ਸਿੱਖੋ, ਅੰਗਰੇਜ਼ੀ ਵੀ, ਇੰਗਲਿਸ਼ ਵੀ, ਅੰਗਰੇਜ਼ੀ ਵੀ, ਹਿੰਦੀ ਵੀ, ਉਰਦੂ ਵੀ, ਜੋ ਵੀ ਤੁਹਾਨੂੰ ਚੰਗੀ ਲੱਗਦੀ ਭਾਸ਼ਾ ਸਾਰੀਆਂ ਸਿੱਖਣੀਆਂ ਚਾਹੀਦੀਆਂ, ਪਰ ਜਿਹੜਾ ਸਤਿਕਾਰ ਬਣਦਾ ਤਨ ਦਾ ਆਪਣੀ ਮਾਂ ਬੋਲੀ ਦਾ ਉਹ ਜ਼ਰੂਰ ਦੇਣਾ ਚਾਹੀਦਾ ਹੈ, ਤਾਂ ਜੋ ਆਪਾਂ ਇਹਨੂੰ ਨਾ ਵਿਸਾਰੀਏ ਤੇ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਬਾਰੇ ਕੀ ਕਰਾਈਏ, ਜਾਗਰੂਕ ਕਰੀਏ, ਜਾਣੂ ਕਰਵਾਈਏ। ਠੀਕ ਹੈ ਜੀ, ਦੇਖੋ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ, ਲੇਕਿਨ ਬਹੁਤੇ ਆਪਾਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਆਪਾਂ ਊੜਾ ਆੜਾ ਵਿਸਾਰ ਗਏ ਆ। ਬਹੁਤੇ ਬੱਚਿਆਂ ਨੂੰ ਤਾਂ ਇਹਦੇ ਬਾਰੇ ਵੀ ਨਹੀਂ ਗਿਆਨ ਹੈਗਾ ਕਿ ਹੁਣ ਆਪਣੇ 35 ਅੱਖਰ ਆ ਜਾਂ 41 ਅੱਖਰ ਨੇ, ਜਾਂ ਊੜਾ ਆੜਾ ਲਿਖਣ ਲੱਗੇ ਆਪਾਂ ਬਹੁਤ ਜ਼ਿਆਦਾ ਗਲਤੀਆਂ ਕਰਦੇ ਆ। ਤਾਂ ਕਿਰਪਾ ਕਰਕੇ ਆਪਣਾ ਫਰਜ਼ ਨਿਭਾਉਂਦੇ ਹੋਏ ਜ਼ਰੂਰ ਤੁਸੀਂ ਇਹ ਚੀਜ਼ਾਂ ਨੂੰ ਚੇਤੇ ਰੱਖਿਓ, ਤੇ ਇਹਨੇ ਭਾਸ਼ਾ ਜਿਹੜੀ ਹੈਗੀ ਆਪਣੀ ਪੰਜਾਬੀ ਮਾਂ ਬੋਲੀ ਦਾ ਜ਼ਰੂਰ ਸਤਿਕਾਰ ਕਰਿਆ ਕਰੋ। ਚਲੋ ਜੀ ਸਟਾਰਟ ਕਰਦੇ ਆ। ਹਾਂ, ਇਹ ਥੋੜਾ ਜਿਹਾ ਵੀਡੀਓ ਦੇ ਵਿੱਚ ਗੈਪ ਹੋ ਜਾਂਦਾ ਹੈ ਕਈ ਵਾਰ 2 ਜਾਂ 3 ਦਿਨ ਦਾ, ਪਰ ਆਪਾਂ ਕੋਸ਼ਿਸ਼ ਕਰਾਂਗੇ ਹੁਣ ਡੇਲੀ ਇੱਕ ਵੀਡੀਓ ਆਇਆ ਕਰੂਗੀ। ਥੋੜਾ ਜਿਹਾ ਵਰਕਆਊਟ ਸੀਗਾ, ਘਰੇ ਕੰਮ ਸੀਗਾ, ਇਸ ਕਰਕੇ ਕੀ ਹੋ ਗਿਆ ਥੋੜਾ ਜਿਹਾ ਬਿਜ਼ੀ ਹੋ ਗਿਆ ਸ਼ਡਿਊਲ। ਚਲੋ ਜੀ ਹੁਣ ਆਪਾਂ ਅੱਜ ਸਟਾਰਟ ਕਰਦੇ ਹਾਂ, ਜਿਹੜਾ ਅੱਜ ਦਾ ਟੌਪਿਕ ਹੈਗਾ ਬੜਾ ਵਧੀਆ। ਲਾਸਟ ਟਾਈਮ ਆਪਾਂ ਕੀ ਪੜਿਆ ਸੀਗਾ? ਲਾਸਟ ਟਾਈਮ ਆਪਾਂ ਪੜ੍ਹ ਕੇ ਆਏ ਸੀਗੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਉਹਨਾਂ ਦੀਆਂ ਜੰਗਾਂ ਬਾਰੇ, ਤੇ ਉਸ ਤੋਂ ਬਾਅਦ ਆਪਾਂ ਪੜਿਆ ਸੀਗਾ ਕਿ ਜਿਹੜਾ ਆਪਣਾ ਬਹਾਦਰ ਸ਼ਾਹ ਹੈ ਉਹਨੇ ਕੀ ਕੀਤਾ ਸੀਗਾ, ਉਹਨੇ ਆਪਣਾ ਵਾਅਦਾ ਨਹੀਂ ਪੂਰਾ ਕੀਤਾ। ਠੀਕ ਹੈ, ਜਦੋਂ ਆਪਣਾ ਵਾਅਦਾ ਨਹੀਂ ਪੂਰਾ ਕੀਤਾ ਫਿਰ ਗੁਰੂ ਸਾਹਿਬ ਜੀ ਕਿਹਨੂੰ ਮਿਲਦੇ ਆ ਜਾ ਕੇ? ਇੱਕ ਬੈਰਾਗੀ ਹੁੰਦਾ ਹੈ ਜਿਹਨੂੰ ਬੰਦਾ ਸਿੰਘ ਬਹਾਦਰ ਬਾਅਦ ਦੇ ਵਿੱਚ ਨਾਮ ਮਿਲਦਾ ਹੈ, ਉਹ ਫਿਰ ਜਾ ਕੇ ਸਰਹੰਦ ਨੂੰ ਫਤਿਹ ਕਰਦਾ ਜਾਂ ਹੋਰ ਕਾਫੀ ਚੀਜ਼ਾਂ ਨੂੰ ਫਤਿਹ ਕਰਦਾ ਹੈ। ਠੀਕ ਹੈ, ਉਹ ਪੜ੍ਹਨਾ ਆਪਾਂ ਸਾਰਾ ਬਹੁਤ ਵਧੀਆ ਢੰਗ ਦੇ ਨਾਲ, ਜਿਹੜਾ ਕਿ ਅਕਸਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਉਸ ਤੋਂ ਪਹਿਲਾਂ ਤੁਹਾਨੂੰ ਮੈਂ ਲਾਸਟ ਟਾਈਮ ਸਾਰਾ ਕੁਝ ਪੜ੍ਹਾਤਾ ਸੀਗਾ, ਲੇਕਿਨ 5 ਤਖਤ ਤੁਹਾਨੂੰ ਵੈਸੇ ਸਾਰਿਆਂ ਨੂੰ ਪਤਾ ਹੀ ਹੋਊਗਾ, ਪਰ ਫਿਰ ਵੀ ਤੁਹਾਡੀ ਨੌਲੇਜ ਵਾਸਤੇ ਆਪਣੇ 5 ਤਖਤ ਕਿਹੜੇ ਨੇ ਬੇਟਾ? ਇੱਕ ਹੈਗਾ ਜੀ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਪ੍ਰਾਂਤਨ ਹੈ ਤੇ ਸਭ ਤੋਂ ਪਹਿਲਾਂ ਹੈਗਾ ਜੀ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, 1609 ਦੇ ਵਿੱਚ ਬਣਾਇਆ ਗਿਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ। ਇਹ ਯਾਦ ਰੱਖਣਾ, ਇਹ ਬਹੁਤ ਵਾਰੀ ਪੁੱਛਿਆ ਜਾਂਦਾ ਕੁਐਸਚਨ, ਤੇ ਤੁਹਾਨੂੰ ਵੀ ਮੈਂ ਪੁੱਛੂੰਗਾ ਲਾਸਟ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇਹ ਕੁਐਸਚਨ ਪੁੱਛ ਕੇ ਜਾਊਂਗਾ, ਯਾਦ ਰੱਖਿਓ। ਸੈਕਿੰਡ ਹੈਗਾ ਬੇਟੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ, ਜਿੱਥੇ ਖਾਲਸਾ ਪੰਥ ਸਾਜਿਆ ਗਿਆ ਸੀਗਾ। ਠੀਕ ਹੈ ਜੀ, ਇਹ ਅਨੰਦਪੁਰ ਸਾਹਿਬ ਹੈ ਸੈਕਿੰਡ ਤਖਤ। ਤੇ ਤੀਜਾ ਤਖਤ ਹੈਗਾ ਜੀ ਆਪਣਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਜਿੱਥੇ ਕਿ ਗੁਰੂ ਸਾਹਿਬ ਜੀ ਨੇ ਦਸਮ ਗ੍ਰੰਥ ਦੀ ਰਚਨਾ ਕੀਤੀ ਸੀਗੀ ਤੇ ਆਪਣੇ ਪਿਤਾ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਵਾਈ ਸੀ ਭਾਈ ਮਣੀ ਸਿੰਘ ਜੀ ਦੇ ਪਾਸੋਂ। ਅੱਗੇ ਗੱਲ ਕਰਦੇ ਹਾਂ ਜੀ ਤਖਤ ਸ੍ਰੀ ਪਟਨਾ ਸਾਹਿਬ ਬਿਹਾਰ ਦੇ ਵਿੱਚ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀਗਾ। ਤੇ ਲਾਸਟ ਤਖਤ ਹੈਗਾ ਜੀ ਤਖਤ ਸ੍ਰੀ ਹਜੂਰ ਸਾਹਿਬ ਨਾਂਦੇੜ, ਮਹਾਰਾਸ਼ਟਰ ਦੇ ਵਿੱਚ, ਜਿੱਥੇ ਗੁਰੂ ਜੀ ਜੋਤੀ ਜੋਤ ਸਮਾਉਂਦੇ ਆ। ਤੇ ਇਹ ਯਾਦ ਰੱਖਣਾ ਭਾਈ, ਜਿਹੜਾ ਹਜੂਰ ਸਾਹਿਬ ਹੈ ਉੱਥੋਂ ਕੁਐਸਚਨ ਨਿਕਲ ਕੇ ਆਉਂਦਾ ਹੁੰਦਾ ਵੀ ਕਿਹੜੀ ਨਦੀ ਦੇ ਕੰਢੇ ਤੇ ਹੈ, ਤਾਂ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਇਹ ਹੈਗਾ ਜੀ ਤਖਤ ਸ੍ਰੀ ਹਜੂਰ ਸਾਹਿਬ। ਬਸ ਇੱਥੋਂ ਇਹੀ ਕੁਐਸਚਨ ਪੁੱਛਿਆ ਜਾਊਗਾ, ਜਾਂ ਤਾਂ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਿਵਸ ਪੁੱਛ ਲੈਂਦੇ ਕਦੋਂ ਹੁੰਦਾ, 1609 ਦੇ ਵਿੱਚ ਬਣਾਇਆ ਗਿਆ ਸੀਗਾ,
ਜਾਂ ਇਹ ਪੁੱਛ ਲੈਂਦੇ ਆ ਜੀ ਜਿਹੜਾ ਹਜੂਰ ਸਾਹਿਬ ਹੈ ਉਹ ਕਿਹੜੀ ਨਦੀ ਦੇ ਕੰਢੇ ਤੇ ਹੈ। ਕਲੀਅਰ ਹੈ? ਚਲੋ ਚੱਲਦੇ ਆ ਜੀ। ਹੁਣ ਲਾਸਟ ਜਿਹੜੀ ਵੀਡੀਓ ਆ ਤੁਸੀਂ ਜ਼ਰੂਰ ਆਪਣੇ ਦਿਮਾਗ ਦੇ ਵਿੱਚ ਰੱਖਣੀ ਹੈ। ਜਦੋਂ ਮਤਲਬ ਕਿ ਬਹਾਦਰ ਸ਼ਾਹ ਨੇ ਆਪਣੇ ਵਾਅਦੇ ਨਹੀਂ ਪੂਰੇ ਕੀਤੇ ਤਾਂ ਫਿਰ ਗੁਰੂ ਸਾਹਿਬ ਜੀ ਅੱਗੇ ਜਾ ਕੇ ਕਿਹਨੂੰ ਮਿਲਦੇ ਆ? ਇੱਕ ਵੈਰਾਗੀ ਹੁੰਦਾ ਮਾਧੋ ਦਾਸ, ਉਹਨੂੰ ਮਿਲਦੇ ਆ। ਕਿਵੇਂ ਉਹਦਾ ਸਫ਼ਰ ਸ਼ੁਰੂ ਹੁੰਦਾ ਹੈ, ਕਿਵੇਂ ਉਹ ਮਾਧੋ ਦਾਸ ਤੋਂ ਬੰਦਾ ਸਿੰਘ ਬਹਾਦਰ ਬਣਦਾ, ਕਿਵੇਂ ਉਹਦੀ ਸ਼ਹੀਦੀ ਹੁੰਦੀ ਹੈ, ਕਿਹੜੇ ਕਿਹੜੇ ਉਹ ਕੰਮ ਕਰਦਾ ਜਾਂ ਕਿਹੜੇ ਕਿਹੜੇ ਉਹਨੇ ਕੰਮ ਕੀਤੇ ਤਾਂ ਜੋ ਉਹਦਾ ਨਾਮ ਕੀ ਇਤਿਹਾਸ ਦੇ ਵਿੱਚ ਕੀ ਹੋ ਗਿਆ, ਅਮਰ ਹੋ ਗਿਆ। ਚਲੋ ਜੀ ਆਪਾਂ ਕਰਦੇ ਹਾਂ ਸਟਾਰਟ। ਸਭ ਤੋਂ ਪਹਿਲਾਂ ਅਗਰ ਆਪਾਂ ਜਨਮ ਦੇਖੀਏ ਤਾਂ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਜਿਹੜਾ ਹੋਇਆ ਸੀ ਬੇਟੇ 27 ਅਕਤੂਬਰ 1670 ਦੇ ਵਿੱਚ ਹੋਇਆ ਸੀਗਾ। ਹੁਣ ਕਈ ਬੁੱਕ ਦੇ ਵਿੱਚ ਤੁਹਾਨੂੰ ਅਕਤੂਬਰ ਦੀ ਜਗ੍ਹਾ ਤੇ ਦਸੰਬਰ ਵੀ ਮਿਲੂਗਾ, ਠੀਕ ਹੈ, ਇਹਦੇ ਵਿੱਚ ਕੋਈ ਜ਼ਿਆਦਾ ਹੈਰਾਨੀ ਵਾਲੀ ਗੱਲ ਨਹੀਂ ਹੈਗੀ ਗੀ, ਬਟ ਜਿਹੜਾ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਰਾਜੇ ਉਹ 27 ਅਕਤੂਬਰ ਹੀ ਆਉਂਦਾ ਹੈ। ਕੁਛ ਬੁੱਕ ਦੇ ਵਿੱਚ ਗਲਤ ਲਿਖਿਆ ਹੋਇਆ ਹੈ, ਤਾਂ ਜਿਹੜਾ ਕਰੈਕਟ ਹੈਗਾ ਰਾਜੇ ਉਹ ਹੈਗਾ ਜੀ 27 ਅਕਤੂਬਰ 1670। ਤੇ ਹੋਇਆ ਕਿੱਥੇ ਸੀਗਾ ਰਾਜੇ? ਇੱਕ ਜਗ੍ਹਾ ਪਿੰਡ ਦਾ ਨਾਮ ਹੈ ਰਜੌਰੀ, ਇਹ ਜ਼ਿਲ੍ਹਾ ਪੈਂਦਾ ਜੀ ਪੁਨਛ ਤੇ ਹੈਗਾ ਜੀ ਕਿੱਥੇ ਹੈ ਜੀ ਕਸ਼ਮੀਰ ਦੇ ਵਿੱਚ। ਤਿੰਨੇ ਨਾਮ ਯਾਦ ਰੱਖਣੇ ਆ, ਰਜੌਰੀ ਪੁਨਛ ਤੇ ਕਸ਼ਮੀਰ, ਯਾਦ ਰੱਖ ਲਿਓ। ਅੱਗੇ ਚੱਲਦੇ ਆ ਜੀ, ਜੇ ਗੱਲ ਕਰਾਂਗੇ ਬਿਲਕੁਲ ਅਸਲੀ ਨਾਮ ਦੀ, ਅਸਲੀ ਨਾਮ ਮਤਲਬ ਜਿਹੜਾ ਇਹਨਾਂ ਦੇ ਮਾਂ ਪਿਓ ਨੇ ਰੱਖਿਆ ਸੀਗਾ, ਅਸਲੀ ਨਾਮ ਕੀ ਸੀਗਾ ਬੇਟੇ ਇਹਨਾਂ ਦਾ? ਲਛਮਣ ਦੇਵ ਸੀਗਾ। ਕਿਹਦਾ? ਬੰਦਾ ਸਿੰਘ ਬਹਾਦਰ ਜੀ ਦਾ ਨਾਮ। ਇਸ ਤੋਂ ਬਾਅਦ ਕੀ ਹੋਇਆ ਸੀਗਾ? ਚਲੋ ਪਹਿਲਾਂ ਉਹਨਾਂ ਦੇ ਪਿਤਾ ਜੀ ਦਾ ਨਾਮ ਵੀ ਕਈ ਵਾਰੀ ਪੁੱਛ ਲੈਂਦੇ ਆ, ਲੇਕਿਨ ਅਕਸਰ ਨਹੀਂ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ, ਬਟ ਅੱਜ ਕੱਲ੍ਹ ਜਿਵੇਂ ਡਿਫਿਕਲਟੀ ਲੈਵਲ ਵੱਧ ਰਿਹਾ ਐਗਜ਼ਾਮ ਦਾ, ਹੋ ਸਕਦਾ ਹੈ ਤੁਹਾਡੇ ਤੋਂ ਵੀ ਪੁੱਛਿਆ ਜਾ ਸਕੇ। ਤਾਂ ਪਿਤਾ ਦਾ ਨਾਮ ਸੀਗਾ ਜੀ ਰਾਮਦੇਵ, ਭਾਰਤਵਾਜ, ਇਹ ਰਾਜਪੂਤ ਸੀਗੇ ਤੇ ਕੀ ਸੀਗੇ ਕੰਮ ਕੀ ਕਰਦੇ ਸੀਗੇ? ਇਹ ਫਾਰਮਰ ਸੀਗੇ, ਕਿਸਾਨ ਸੀਗੇ। ਇਸ ਤੋਂ ਬਾਅਦ ਜਿਹੜਾ ਬੈਰਾਗੀ ਬਣਨ ਤੋਂ ਬਾਅਦ ਜਿਹੜਾ ਨਾਮ ਰੱਖਿਆ ਬਾਬਾ ਜੀ ਨੇ, ਉਹ ਰੱਖਿਆ ਜੀ ਮਾਧੋ ਦਾਸ। ਠੀਕ ਹੈ ਜੀ, ਬੈਰਾਗੀ ਵੀ ਕਹਿ ਦਿੰਦੇ ਆ, ਵੈਰਾਗੀ ਵੀ ਕਹਿ ਦਿੰਦੇ ਆ, ਦੋਨੇ ਵਰਡ ਉਦੋਂ, ਇਹ ਦੋਨੇ ਹੀ ਵਰਡ ਕੀ ਨੇ, ਠੀਕ ਨੇ, ਬੈਰਾਗੀ ਕਹਿ ਲਓ ਜਾਂ ਵੈਰਾਗੀ ਕਹਿ ਲਓ। ਤਾਂ ਤੁਸੀਂ, ਤੁਹਾਨੂੰ ਮੈਂ ਲਾਸਟ ਸਟਾਰਟਿੰਗ 'ਚ ਪੜ੍ਹਾਇਆ ਸੀ, ਜਦੋਂ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਸਪੁੱਤਰ ਨੇ ਬਾਬਾ ਸ਼੍ਰੀ ਚੰਦ ਜੀ, ਉਹ ਵੀ ਵੈਰਾਗੀ ਮਤ ਦੇ ਨਾਲ ਕੀ ਨੇ ਸੰਬੰਧਿਤ ਨੇ। ਐਕਚੁਅਲੀ ਇਹਨਾਂ ਦਾ ਵੈਰਾਗੀ ਬਣਨ ਦੇ ਪਿੱਛੇ ਕਾਰਨ ਕੀ ਸੀਗਾ? ਇਹਨਾਂ ਨੇ ਬਚਪਨ ਦੇ ਵਿੱਚ ਕੀ ਕੀਤਾ, ਇੱਕ ਵਾਰੀ ਸ਼ਿਕਾਰ ਕਰਦੇ ਸੀਗੇ ਤੇ ਸ਼ਿਕਾਰ ਕਰਦੇ ਕਰਦੇ ਇਹਨਾਂ ਨੇ ਕੀ ਕੀਤਾ, ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਜਦੋਂ ਉਹ ਹਿਰਨੀ ਮਰ ਗਈ ਆ ਜਾਂ ਤੜਫ ਤੜਫ ਕੇ ਮਰ ਰਹੀ ਸੀ, ਤਾਂ ਇਹਨਾਂ ਨੂੰ ਪਤਾ ਚੱਲਿਆ ਕਿ ਉਹਦੇ ਪੇਟ ਦੇ ਵਿੱਚ ਕੀ ਸੀਗੇ, ਬੱਚੇ ਸੀਗੇ, ਮਤਲਬ ਕੀ ਹੋਗੀ ਸੀਗੀ, ਗਰਭਵਤੀ ਸੀਗੀ। ਤਾਂ ਇਹਨਾਂ ਨੂੰ ਬੜਾ ਮਨ ਦੇ ਵਿੱਚ ਉਦਾਸ ਹੋਇਆ, ਦੁੱਖ ਹੋਇਆ, ਤਾਂ ਉੱਥੋਂ ਕੀ ਬਣ ਗਏ, ਇਹ ਵੈਰਾਗੀ ਬਣ ਗਏ। ਤੇ ਵੈਰਾਗੀ ਬਣਨ ਤੋਂ ਬਾਅਦ ਇਹਨਾਂ ਨੇ ਨਾਮ ਕੀ ਰੱਖ ਲਿਆ ਆਪਣਾ? ਮਾਧੋ ਦਾਸ। ਮੋਸਟ ਮੋਸਟ ਇੰਪੋਰਟੈਂਟ ਪੁਆਇੰਟ ਹੈ, ਇੱਥੋਂ ਹੀ ਕੁਐਸਚਨ ਨਿਕਲ ਕੇ ਆਉਂਦਾ, ਠੀਕ ਹੈ ਜੀ, ਮਾਧੋ ਦਾਸ। ਕਲੀਅਰ ਹੈ? ਅੱਗੇ ਗੱਲ ਕਰਦੇ ਹਾਂ ਜੀ, ਵੈਰਾਗੀ ਬਣੇ ਕਿਵੇਂ ਹੈ? ਦੇਖੋ ਵੈਰਾਗੀ ਤੁਹਾਨੂੰ ਮੈਂ ਦੱਸਤਾ, ਜਿਹੜੇ ਜੰਗਲਾਂ 'ਚ ਰਹਿ ਕੇ ਕੀ ਕਰਦੇ ਨੇ, ਜਿਹੜੇ ਦੁਨੀਆਂ ਦੇ ਨਾਲ ਕੋਈ ਤਾਲੁਕਾਤ ਨਹੀਂ ਰੱਖਦੇ ਗੇ, ਜੰਗਲਾਂ ਦੇ ਵਿੱਚ ਜਾ ਕੇ ਭਗਤੀ ਕਰਦੇ ਨੇ, ਠੀਕ ਹੈ, ਉਹਨਾਂ ਨੂੰ ਵੈਰਾਗੀ ਕਹਿ ਦਿੰਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਜੀ, ਵੈਰਾਗੀ ਬਣਨ ਲਈ ਇਹਨਾਂ ਨੇ ਕੀ ਕੀਤਾ? ਇੱਕ ਸੀਗੇ ਜਾਨਕੀ ਪ੍ਰਸਾਦ, ਠੀਕ ਹੈ, ਜਾਨਕੀ ਪ੍ਰਸਾਦ ਵੈਰਾਗੀ ਸੀਗੇ, ਸਾਧੂ ਸੀਗੇ, ਉਹਨਾਂ ਪਾਸੋਂ ਇਹਨਾਂ ਨੇ ਕੀ ਲਿਆ? ਉਪਦੇਸ਼ ਲਿਆ। ਦੇਖੋ ਕੋਈ ਵੀ ਬੰਦਾ ਕਿਸੇ ਵੀ ਚੀਜ਼ ਦੇ ਵਿੱਚ ਜਾਂਦਾ ਤਾਂ ਆਪਣਾ ਗੁਰੂ ਧਾਰਦਾ, ਤਾਂ ਆਪਾਂ ਕਹਿ ਸਕਦੇ ਇਹਨਾਂ ਨੇ ਕੀ ਕੀਤਾ, ਜਾਨਕੀ ਪ੍ਰਸਾਦ ਵੈਰਾਗੀ ਨੂੰ ਕੀ ਕੀਤਾ? ਗੁਰੂ ਧਾਰਿਆ। ਇਸ ਤੋਂ ਬਾਅਦ ਇਹਨਾਂ ਨੇ ਇੱਕ ਰਾਮਦਾਸ ਪਾਸੋਂ ਕੀ ਕੀਤਾ? ਰਾਮ ਧਵਨ ਲਾਹੌਰ ਵਿਖੇ, ਤੇ ਜੋਗੀ ਔਗੜਨਾਥ, ਜੋਗੀ ਔਗੜਨਾਥ ਪਾਸੋਂ ਕੀ ਕੀਤਾ? ਨਾਸਿਕ ਦੇ ਵਿੱਚ ਉਪਦੇਸ਼ ਲਿਆ। ਕਹਿਣ ਦਾ ਮਤਲਬ ਕਿ ਟਾਈਮ ਟੂ ਟਾਈਮ ਕੀ ਕਰਦੇ ਰਹੇ, ਗੁਰੂ ਬਦਲਦੇ ਰਹੇ ਤੇ ਇਸ ਚੀਜ਼ਾਂ ਦੇ ਵਿੱਚ ਕੀ ਰਹੇ, ਘੁੰਮਦੇ ਰਹੇ। ਠੀਕ ਹੈ ਜੀ, ਇਹ ਯਾਦ ਰੱਖ ਲਿਓ ਰਾਜੇ, ਜਾਨਕੀ ਪ੍ਰਸਾਦ ਤੇ ਆਪਣੇ ਜੋਗੀ ਔਗੜਨਾਥ ਦਾ ਨਾਮ ਵੀ ਕਈ ਵਾਰ ਪੁੱਛਿਆ ਜਾਂਦਾ ਹੈ। ਨਾਸਿਕ ਵਿਸ਼ੇ ਇਹਨਾਂ ਨੇ ਕੀ ਲਿਆ? ਉਪਦੇਸ਼ ਲਿਆ। ਠੀਕ ਹੈ ਜੀ, ਅੱਗੇ ਚੱਲਦੇ ਹੁਣ ਆਪਾਂ। ਇਸ ਤੋਂ ਬਾਅਦ ਹੋਇਆ ਕੀ ਹੈ, ਜੋਗੀ ਔਗੜਨਾਥ ਦੀ ਮੌਤ ਹੋ ਜਾਂਦੀ ਹੈ, ਉਹਨਾਂ ਦੀ ਮੌਤ ਦੇ ਮਗਰੋਂ ਇਹਨਾਂ ਨੇ ਆਪਣਾ ਇੱਕ ਡੇਰਾ ਬਣਾ ਲਿਆ, ਆਸ਼ਰਮ ਬਣਾ ਲਿਆ, ਕੁਟੀਆ ਬਣਾ ਲਈ ਕਹਿ ਲਓ। ਕਿੱਥੇ ਬਣਾਈ ਹੈ ਜੀ? ਗੋਦਾਵਰੀ ਨਦੀ, ਗੋਦਾਵਰੀ ਨਦੀ ਦੇ ਕੰਢੇ ਤੇ। ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਛੋਟੀ ਜਿਹੀ ਗੱਲ ਆਈ ਹੋਊਗੀ, ਗੋਦਾਵਰੀ ਨਦੀ ਦੇ ਕੰਢੇ ਤੇ ਕੀ ਹੈ ਅੱਜ ਕੱਲ੍ਹ? ਤਖ਼ਤ ਸ੍ਰੀ ਨੰਦੇੜ ਸਾਹਿਬ, ਠੀਕ ਹੈ, ਹਜੂਰ ਸਾਹਿਬ ਨੰਦੇੜ ਵਿਖੇ ਗੋਦਾਵਰੀ ਨਦੀ ਦੇ ਕੰਢੇ ਤੇ ਹੈ। ਤਾਂ ਸੇਮ ਦੇਖੋ, ਗੋਦਾਵਰੀ ਨਦੀ ਦੇ ਕੰਢੇ ਤੇ ਕੀ ਬਣਾ ਲਿਆ ਇਹਨਾਂ ਨੇ? ਆਸ਼ਰਮ ਬਣਾ ਲਿਆ। ਤਾਂ ਜਦੋਂ ਮੰਨ ਲਓ ਬਹਾਦਰ ਸ਼ਾਹ ਮੁੱਕਰ ਗਿਆ ਸੀਗਾ, ਤਾਂ ਗੁਰੂ ਜੀ ਕਿੱਥੇ ਚਲੇ ਗਏ ਸੀਗੇ? ਨੰਦੇੜ ਚਲੇ ਗਏ ਸੀਗੇ। ਤਾਂ ਇੱਥੇ ਇਹਨਾਂ ਦੀ ਮੁਲਾਕਾਤ ਹੋਊਗੀ ਬੰਦਾ ਸਿੰਘ ਬੈਰਾਗੀ ਨਾਲ। ਬੰਦਾ ਸਿੰਘ ਬਹਾਦਰ ਬਾਅਦ ਚ ਬਣਿਆ, ਮਾਧੋ ਦਾਸ ਬੈਰਾਗੀ ਨਾਲ ਇੱਥੇ ਕੀ ਹੋਊਗਾ? ਗੁਰੂ ਜੀ ਦੀ ਮੁਲਾਕਾਤ ਹੋਊਗੀ। ਮੋਸਟ ਇੰਪੋਰਟੈਂਟ ਪੁਆਇੰਟ ਹੈ, ਪੁੱਛਿਆ ਜਾਂਦਾ ਹੁੰਦਾ। ਦੇਖੋ ਇੱਥੇ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਸਤੰਬਰ 1708, ਯਾਦ ਰੱਖ ਲਿਓ, ਡੇਟ ਕਾਫੀ ਇੰਪੋਰਟੈਂਟ ਹੈ। ਸਤੰਬਰ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੁਲਾਕਾਤ ਹੁੰਦੀ ਹੈ, ਕਿਹਦੀ? ਮਾਧੋ ਦਾਸ ਦੀ। ਤਾਂ ਫਿਰ ਕੀ ਹੋ ਜਾਂਦੇ ਆ, ਗੁਰੂ ਸਾਹਿਬ ਜੀ ਨੂੰ ਕੀ ਹੋ ਜਾਂਦੇ ਆ? ਸਮਰਪਿਤ ਹੋ ਜਾਂਦੇ ਆ। ਠੀਕ ਹੈ,
ਕਲੀਅਰ ਹੈ। ਇਹਦੇ ਪਿੱਛੇ ਵੀ ਕਹਾਣੀ ਹੈਗੀ, ਚਲੋ ਆਪਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ ਕਿ ਕਿਵੇਂ ਗੁਰੂ ਸਾਹਿਬ ਜੀ ਨੂੰ ਸਮਰਪਿਤ ਹੁੰਦੇ ਆ, ਉਹ ਚਲੋ ਇਤਿਹਾਸ ਦੀ ਗੱਲ ਆ, ਆਪਾਂ ਇਤਿਹਾਸ ਪੜ੍ਹਾਂਗੇ ਕਦੇ ਕੋਈ ਟਾਈਮ ਮਿਲਿਆ ਆਪਾਂ ਨੂੰ ਫ੍ਰੀ। ਫਿਲਹਾਲ ਆਪਾਂ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਪੜ੍ਹ ਰਹੇ ਹਾਂ। ਓਕੇ ਆ ਜੀ, ਕਹਿਣ ਦਾ ਭਾਵ ਕੀ ਹੋ ਗਿਆ ਜੀ, ਗੁਰੂ ਜੀ ਦੇ ਕੀ ਬਣ ਗਏ, ਚੇਲੇ ਬਣ ਗਏ, ਸ਼ਿਸ਼ ਬਣ ਗਏ, ਜਾਂ ਕਹਿ ਲਓ ਗੁਰੂ ਸਾਹਿਬ ਜੀ ਨੂੰ ਇਹਨਾਂ ਨੇ ਕੀ ਕਰ ਲਿਆ, ਗੁਰੂ ਧਾਰ ਲਿਆ। ਗੁਰੂ ਧਾਰਨ ਤੋਂ ਬਾਅਦ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਰਾਇਆ, ਇਹਨਾਂ ਨੂੰ ਅੰਮ੍ਰਿਤ ਪਾਨ ਕਰਵਾਇਆ ਤੇ ਇਹਨਾਂ ਨੂੰ ਮਾਧੋ ਦਾਸ ਬੈਰਾਗੀ ਤੋਂ ਕੀ ਬਣਾਤਾ ਜੀ, ਬੰਦਾ ਸਿੰਘ ਬਣਾਤਾ। ਬਹਾਦਰ ਤਾਂ ਬਾਅਦ ਵਿੱਚ ਜੁੜਦਾ ਨਾਮ ਦੇ ਨਾਲ, ਕੀ ਬਣਾਤਾ ਜੀ, ਬੰਦਾ ਸਿੰਘ ਬਣਾਤਾ। ਠੀਕ ਹੈ ਜੀ, ਬਹਾਦਰ ਜਿਹੜਾ ਨਾਮ ਹੈਗਾ ਰਾਜੇ, ਇਹ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸੀਗਾ। ਬਟ ਇਹ ਕਈ ਵਾਰੀ ਕੁਐਸਚਨ ਪੁੱਛ ਲੈਂਦੇ ਆ ਕਿ ਬਹਾਦਰ ਜਿਹੜਾ ਵਰਡ ਹੈ ਜਾਂ ਜਿਹੜਾ ਨਾਮ ਹੈ ਬੰਦਾ ਸਿੰਘ ਨੂੰ ਮਿਲਿਆ, ਉਹ ਕਿਹਨੇ ਦਿੱਤਾ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਦਿੱਤਾ ਸੀਗਾ। ਤੇ ਗੁਰੂ ਜੀ ਨੇ ਇਹਨਾਂ ਨੂੰ ਕਿਹਾ ਸੀ ਕਿ ਜਦੋਂ ਵੀ ਕਿਤੇ ਤੁਹਾਡੇ ਤੇ ਬਿਪਤਾ ਆਊਗੀ ਤਾਂ ਤੁਸੀਂ ਸਿਰਫ ਇੱਕੋ ਇੱਕ ਅਕਾਲ ਪੁਰਖ ਅੱਗੇ ਅਰਦਾਸ ਕਰਨੀ ਹੈ, ਹੋਰ ਕਿਸੇ ਨੂੰ ਗੁਰੂ ਨਹੀਂ ਧਾਰਨਾਗਾ। ਠੀਕ ਹੈ ਜੀ, ਅੱਗੇ ਚੱਲਦੇ ਆ ਜੀ। ਆ ਦੇਖੋ ਜੀ, ਇੱਥੇ ਇਹ ਬਣ ਗਏ ਨੇ, ਹੁਣ ਦੇਖੋ ਸਿੰਘ ਬਣ ਗਏ ਨੇ ਸੱਜ ਕੇ ਅੰਮ੍ਰਿਤ ਪਾਨ ਕਰਕੇ, ਤੇ ਇਹ ਗੁਰੂ ਜੀ ਇਹਨਾਂ ਨੂੰ ਸ਼ਮਸ਼ੀਰ ਭੇਂਟ ਕਰ ਰਹੇ ਨੇ। ਅੱਗੇ ਚੱਲਦੇ ਆ ਜੀ ਆਪਾਂ। ਇਸ ਤੋਂ ਬਾਅਦ ਗੁਰੂ ਜੀ ਨੇ ਕੀ ਕੀਤਾ, ਇਹਨਾਂ ਦੀ ਸਲਾਹ ਵਾਸਤੇ ਪੰਜ ਸਿੱਖਾਂ ਦੀ ਕਮੇਟੀ ਵੀ ਬਣਾਈ, ਜਿਹਦੇ ਵਿੱਚ ਬਾਬਾ ਬਨੋਦ ਸਿੰਘ ਜੀ ਹੋ ਗਏ, ਬਾਬਾ ਕਾਹਨ ਸਿੰਘ ਜੀ ਹੋ ਗਏ, ਬਾਬਾ ਬਾਜ ਸਿੰਘ ਜੀ ਹੋ ਗਏ, ਦਇਆ ਸਿੰਘ ਜੀ ਤੇ ਰਾਮ ਸਿੰਘ ਜੀ ਨੂੰ ਕੀ ਕੀਤਾ, ਨਿਯੁਕਤ ਕੀਤਾ। ਤੇ ਨਾਲ ਹੀ ਇਹਨਾਂ ਨੂੰ ਪੰਜ ਤੀਰ ਭੇਂਟ ਕੀਤੇ ਸੀਗੇ ਗੁਰੂ ਸਾਹਿਬ ਜੀ ਨੇ। ਠੀਕ ਹੈ ਜੀ, ਉਹ ਪੰਜ ਹੀ ਤੀਰ ਕਿਉਂ ਭੇਂਟ ਕੀਤੇ, ਇਹ ਵੀ ਚਲੋ ਕਹਾਣੀ ਹੈਗੀ ਆ, ਕਹਾਣੀ ਨਹੀਂ ਕਹਿ ਸਕਦੇ, ਇਤਿਹਾਸ ਹੈਗਾ, ਇਤਿਹਾਸ ਪੜ੍ਹਾਵਾਂਗੇ ਕਦੇ ਟਾਈਮ ਲੱਗਿਆ, ਬਟ ਐਗਜ਼ਾਮ 'ਚ ਨਹੀਂ ਪੁੱਛਿਆ ਜਾਂਦਾ ਹੈਗਾ। ਪੰਜ ਤੀਰ ਭੇਂਟ ਕੀਤੇ ਤੇ ਇਸ ਤੋਂ ਬਾਅਦ ਇਹਨਾਂ ਦੇ ਨਾਲ ਕੀ ਹੈ, ਪੰਜ ਮੈਂਬਰੀ ਕਮੇਟੀ ਵੀ ਬਣਾਈ ਗਈ। ਇਸ ਤੋਂ ਬਾਅਦ ਗੁਰੂ ਜੀ ਨੇ ਇਹਨਾਂ ਨੂੰ ਹੁਕਮ ਕੀਤਾ ਕਿ ਪੰਜਾਬ ਵੱਲ ਨੂੰ ਜਾਓ, ਕਾਹਦੇ ਵਾਸਤੇ, ਕਿ ਛੋਟੇ ਸਾਹਿਬਜ਼ਾਦਿਆਂ ਦੇ ਬਦਲਾ ਲੈਣ ਵਾਸਤੇ, ਜਿਨ੍ਹਾਂ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਨਵਾਇਆ ਸੀਗਾ, ਸਰਹੰਦ ਦਾ ਨਵਾਬ ਹੋ ਗਿਆ, ਵਜ਼ੀਰ ਖਾਨ ਹੋ ਗਿਆ, ਠੀਕ ਹੈ ਜੀ, ਆਪਣੇ ਕਸ਼ਮੀਰ ਦਾ ਹੋ ਗਿਆ, ਲਾਹੌਰ ਦਾ ਹੋ ਗਿਆ, ਸਾਰਿਆਂ ਨੂੰ ਸਜ਼ਾ ਦੇਣ ਵਾਸਤੇ, ਤਾਂ ਗੁਰੂ ਘਰ ਦੇ ਦੋਖੀਆਂ ਨੂੰ ਸਜ਼ਾ ਦੇਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲਾ ਹਮਲਾ ਕੀਤਾ 1709 ਦੇ ਵਿੱਚ, 26 ਨਵੰਬਰ 1709 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਭ ਤੋਂ ਪਹਿਲਾਂ ਕਿੱਥੇ ਹਮਲਾ ਕੀਤਾ, ਸਮਾਣੇ ਦੇ ਉੱਪਰ। ਆਪਾਂ ਜ਼ਿਆਦਾਤਰ ਇਹੀ ਸੁਣਦੇ ਆਏ ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਤੀ। ਸਰਹੰਦ ਤਾਂ ਜ਼ਿਆਦਾ ਆਪਣੇ ਨਜ਼ਰਾਂ 'ਚ ਆ ਜਾਂਦਾ ਕਿਉਂਕਿ ਉੱਥੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ। ਬਟ ਇਕੱਲਾ ਸਰਹੰਦ ਨਹੀਂ, ਬਾਬਾ ਜੀ ਨੇ ਬਹੁਤ ਸਾਰੀਆਂ ਜਿਹੜੀਆਂ ਨਿੱਕੀਆਂ ਨਿੱਕੀਆਂ ਰਿਆਸਤਾਂ ਸਾਰੀਆਂ ਜਿੱਤੀਆਂ ਸੀਗੀਆਂ। ਤਾਂ ਯਾਦ ਰੱਖਣਾ, ਸਭ ਤੋਂ ਪਹਿਲਾਂ ਸਮਾਣੇ ਤੇ ਹਮਲਾ ਕੀਤਾ। ਸਮਾਣੇ ਤੇ ਹਮਲਾ ਕਰਨ ਦਾ ਕਾਰਨ ਇਹ ਸੀਗਾ ਕਿ ਸਮਾਣੇ ਦੇ ਵਿੱਚ ਕੌਣ ਰਹਿੰਦਾ ਸੀਗਾ, ਉਹ ਜਲਾਦ ਰਹਿੰਦਾ ਸੀ ਜਿਹਨੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਵਾਇਆ ਸੀ, ਤੇ ਦੋ ਸਕੇ ਭਰਾ ਸਾਸ਼ਲ ਬੇਗ ਤੇ ਬਾਸ਼ਲ ਬੇਗ, ਜਿਹੜੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦੇ ਨੇ, ਇਹਨਾਂ ਨੂੰ ਸਜ਼ਾ ਦੇਣ ਵਾਸਤੇ ਸਭ ਤੋਂ ਪਹਿਲਾਂ ਹਮਲਾ ਹੋਇਆ ਜੀ ਸਮਾਣੇ ਦੇ ਉੱਪਰ। ਕਲੀਅਰ ਹੈ ਜੀ, ਯਾਦ ਰੱਖ ਲਿਓ, ਸਮਾਣੇ ਕੌਣ ਰਹਿੰਦਾ, ਤੁਹਾਨੂੰ ਮੈਂ ਪੜ੍ਹਾਇਆ ਸੀ, ਗੁਰੂ ਤੇਗ ਬਹਾਦਰ ਜੀ ਜਦੋਂ ਸ਼ਹੀਦੀ ਹੁੰਦੀ ਹੈ ਤਾਂ ਜਲਾਦ ਜਿਹੜਾ ਹੁੰਦਾ ਸੈਯਦ ਖਾਨ, ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਲਾਦ ਜਿਹੜੇ ਹੋ ਗਏ ਸਾਸ਼ਲ ਬੇਗ ਤੇ ਬਾਸ਼ਲ ਬੇਗ, ਉਹ ਕਿੱਥੇ ਰਹਿੰਦੇ ਨੇ, ਸਮਾਣੇ ਰਹਿੰਦੇ ਨੇ। ਤਾਂ ਸਮਾਣੇ ਨੂੰ ਜਿੱਤ ਲਿਆ ਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਜੀ ਨੇ। ਇਸ ਤੋਂ ਬਾਅਦ ਸਮਾਣੇ ਤੋਂ ਬਾਅਦ ਇਹਨਾਂ ਨੇ ਘੁਰਮ ਹੋ ਗਿਆ, ਥਸਕਾ ਹੋ ਗਿਆ, ਸ਼ਾਹਬਾਦ ਹੋ ਗਿਆ, ਕਪੂਰੀ ਹੋ ਗਿਆ, ਕਹਿਣ ਦਾ ਭਾਵ ਕਿ ਅਲੱਗ ਅਲੱਗ ਜਿਹੜੀਆਂ ਰਿਆਸਤਾਂ ਸੀਗੀਆਂ ਸਾਰਿਆਂ ਨੂੰ ਕੀ ਕਰ ਲਿਆ, ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹਮਲਾ ਕਰਕੇ, ਜਿਹੜੇ ਜਿਹੜੇ ਕੀ ਸੀਗੇ ਦੋਸ਼ੀ ਸੀਗੇ। ਇਸ ਤੋਂ ਬਾਅਦ ਗੁਰੂ ਜੀ ਨੇ ਕੀ ਕੀਤਾ, ਫਿਰ ਸਢੌਰਾ ਫਤਿਹ ਕੀਤਾ। ਸਢੌਰੇ ਦੇ ਵਿੱਚ ਇੱਕ ਬੰਦਾ ਰਹਿੰਦਾ ਉਸਮਾਨ ਖਾਨ। ਉਸਮਾਨ ਖਾਨ ਦਾ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਰਾਜੇ, ਉਸਮਾਨ ਖਾਨ ਉਹੀ ਆ ਜਿਹਨੇ ਪੀਰ ਬੁੱਧੂ ਸ਼ਾਹ ਦਾ ਕਤਲ ਕੀਤਾ ਸੀ। ਪੀਰ ਬੁੱਧੂ ਸ਼ਾਹ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਸ ਮਿੱਤਰ ਸੀਗੇ, ਜਿਨ੍ਹਾਂ ਨੇ ਸਾਰਾ ਪਰਿਵਾਰ ਆਪਣਾ ਸ਼ਹੀਦ ਕੀਤਾ ਸੀ ਗੁਰੂ ਸਾਹਿਬ ਜੀ ਦੇ ਪਿੱਛੇ। ਤਾਂ ਸਢੌਰਾ ਇਹਨਾਂ ਨੇ ਫਤਿਹ ਕੀਤਾ ਤੇ ਉਸਮਾਨ ਖਾਨ ਨੂੰ ਕੀ ਕਰਤਾ, ਜਾਨੋਂ ਮਾਰਤਾ ਸੀਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਇਸ ਤੋਂ ਬਾਅਦ ਹੁਣ ਸਢੌਰਾ ਫਤਿਹ ਕਰਨ ਉਪਰੰਤ ਜਿਹੜੀ ਮੇਨ ਜਿੱਥੇ ਜ਼ਿਕਰ ਆਉਂਦਾ ਇਤਿਹਾਸ ਦੇ ਵਿੱਚ, ਮੇਨ ਲੜਾਈ ਜਿਹੜੀ ਹੁੰਦੀ ਹੈ ਰਾਜੇ, ਉਹ ਚੱਪੜਚਿੜੀ ਦੇ ਮੈਦਾਨ 'ਚ ਹੁੰਦੀ ਹੈ। ਚੱਪੜਚਿੜੀ ਇੱਕ ਜਗ੍ਹਾ ਹੈਗੀ ਹੈ, ਆਪਣੇ ਖਰੜ ਦੇ ਕੋਲੇ ਪੈਂਦੀ ਹੈ, ਮੋਹਾਲੀ ਡਿਸਟ੍ਰਿਕਟ ਦੇ ਵਿੱਚ ਹੈ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਹਨੂੰ ਆਪਾਂ ਬੋਲਦੇ ਹਾਂ। ਇੱਥੇ ਬੜਾ ਘਸਮਾਨ ਦਾ ਜੰਗ ਹੁੰਦਾ ਹੈ, ਉਹ ਜੰਗ ਜਦੋਂ ਹੁੰਦਾ ਉਹਦੀ ਡੇਟ ਯਾਦ ਰੱਖਣੀ ਹੈ, ਜਿਹੜੀ ਕਿ ਐਗਜ਼ਾਮ 'ਚ ਅਕਸਰ ਪੁੱਛੀ ਜਾਂਦੀ ਹੈ ਆਪਾਂ ਨੂੰ, 12 ਮਈ 1710। ਮੈਂ ਵਾਰ ਵਾਰ ਕਹਿ ਰਿਹਾ, 101% PPSC ਕੁਸ਼ਚਨ ਪੁੱਛਦਾ ਹੈ, 12 ਮਈ 1710 ਨੂੰ ਕੀ ਹੈ, ਸਰਹੰਦ ਦਾ ਜਿਹੜਾ ਨਵਾਬ ਹੈਗਾ ਵਜ਼ੀਰ ਖਾਨ ਤੇ ਜਿਹੜਾ ਦੀਵਾਨ ਸੁੱਚਾ ਨੰਦ। ਹੁਣ ਦੀਵਾਨ ਸੁੱਚਾ ਨੰਦ ਦਾ ਜ਼ਿਕਰ ਕਿਉਂ ਆਉਂਦਾ ਇਤਿਹਾਸ ਦੇ ਵਿੱਚ, ਕਿਉਂਕਿ ਇਹੀ ਇੱਕ ਮੇਨ ਬੰਦਾ ਸੀ ਜਿਹੜਾ ਕਿ ਵਜ਼ੀਰ ਖਾਨ ਨੂੰ ਉਂਗਲ ਲਾ ਰਿਹਾ ਸੀ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਦਲਾ ਲੈਂਦੇ ਹਾਂ, ਉਹਨਾਂ ਦੇ ਛੋਟੇ ਸਾਹਿਬਜ਼ਾਦੇ ਨੂੰ ਸ਼ਹੀਦ ਕਰਕੇ। ਇਹਨੇ ਇੱਕ ਘਟੀਆ ਵਰਡ ਬੋਲੇ ਸੀ ਕਿ ਸੱਪਾਂ ਦੇ ਬੱਚੇ ਹੀ ਸਪੋਲੀਏ ਹੁੰਦੇ ਆ,
ਜਾਂ ਇਹਨਾਂ ਨੂੰ ਮਾਰ ਦੇਣਾ ਚਾਹੀਦਾ ਹੈ ਤਾਂ ਵੱਡੇ ਹੋ ਕੇ ਆਪਾਂ ਨੂੰ ਦੱਸਣਗੇ ਇਹ ਬੰਦੇ ਨੇ ਬਹੁਤ ਘਟੀਆ ਰੋਲ ਪਲੇ ਕੀਤਾ ਸੀਗਾ। ਤਾਂ ਇਹਨਾਂ ਦੋਵਾਂ ਨੂੰ ਸਜ਼ਾ ਦਿੱਤੀ ਹੈ ਕਿਨੇ? ਬੰਦਾ ਸਿੰਘ ਬਹਾਦਰ ਜੀ ਨੇ ਚੱਪੜਚਿੜੀ ਦੇ ਮੈਦਾਨ ਦੇ ਵਿੱਚ ਤੇ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਇਹ ਜੰਗ ਨੂੰ ਕੀ ਕੀਤਾ, ਫਤਿਹ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਤੇ ਬਦਲਾ ਲਿਆ ਕਿਹਦਾ? ਗੁਰੂ ਗੋਬਿੰਦ ਸਿੰਘ ਜੀ ਦੇ ਦੋਨੇ ਬੱਚਿਆਂ ਦਾ, ਛੋਟੇ ਸਾਹਿਬਜ਼ਾਦਿਆਂ ਦਾ, ਜਿਨ੍ਹਾਂ ਨੂੰ ਸ਼ਹੀਦ ਕੀਤਾ ਸੀਗਾ ਵਜ਼ੀਰ ਖਾਨ ਸਰਹੰਦ ਦੇ ਨਵਾਬ ਨੇ। ਤਾਂ ਸਰਹੰਦ ਤੇ ਬਾਬਾ ਜੀ ਦਾ ਕਬਜ਼ਾ ਹੋ ਗਿਆ ਤਾਂ ਮੇਨ ਸਰਹੰਦ ਨੂੰ ਵੀ ਜਿੱਤ ਲਿਆ। ਤੇ ਹੁਣ ਬਾਬਾ ਜੀ ਨੇ ਦੇਖੋ ਇਸ ਤੋਂ ਇਲਾਵਾ ਛੋਟੀਆਂ ਛੋਟੀਆਂ ਲੜਾਈਆਂ ਹੁੰਦੀਆਂ ਰਹੀਆਂ, ਕਹਿਣ ਦਾ ਭਾਵ ਸਤਲੁਜ ਤੋਂ ਲੈ ਕੇ ਜਮੁਨਾ ਦੇ ਜਿੰਨੇ ਵੀ ਖੇਤਰ ਸੀਗੇ ਸਾਰਿਆਂ ਦੇ ਵਿੱਚ ਕੀ ਸੀਗਾ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਹੋ ਗਿਆ ਸੀਗਾ। ਤੇ ਉਸ ਟਾਈਮ ਤੇ ਨਾ ਜ਼ਿਮੀਂਦਾਰ ਪ੍ਰਥਾ ਬਹੁਤ ਸੀਗੀ। ਜ਼ਿਮੀਂਦਾਰਾ ਪ੍ਰਥਾ ਕੀ ਹੁੰਦੀ ਹੈ ਕਿ ਜਿਵੇਂ ਮੰਨ ਲਓ ਇੱਕ ਪਿੰਡ ਹੈ, ਪਿੰਡ ਦੇ ਵਿੱਚ ਮੰਨ ਲਓ ਇੱਕ ਧਨਾੜ ਬੰਦਾ ਰਹਿੰਦਾ ਜ਼ਿਮੀਂਦਾਰ, ਬਾਕੀ ਸਾਰੇ ਉਹਦੇ ਅੰਡਰ ਹੁੰਦੇ ਆ, ਸਾਰੇ ਉਹਦੇ ਖੇਤਾਂ 'ਚ ਕੰਮ ਕਰਦੇ ਆ, ਪਰ ਕਿਸੇ ਕੋਲੇ ਵੀ ਆਪਣੀ ਜ਼ਮੀਨ ਦੀ ਮਾਲਕੀ ਨਹੀਂ ਹੁੰਦੀ ਸੀਗੀ, ਕੋਈ ਬੰਦਾ ਜ਼ਮੀਨ ਨਹੀਂ ਖਰੀਦ ਸਕਦਾ ਸੀਗਾ, ਇਹਨੂੰ ਜ਼ਿਮੀਂਦਾਰਾ ਸਿਸਟਮ ਕਹਿੰਦੇ ਆ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ, ਜ਼ਿਮੀਂਦਾਰਾ ਪ੍ਰਥਾ ਨੂੰ ਖਤਮ ਕੀਤਾ ਤੇ ਹਰੇਕ ਬੰਦੇ ਨੂੰ ਉਹਦੀ ਜ਼ਮੀਨ ਦੀ ਮਾਲਕੀ ਵਾਪਸ ਕਰਵਾਈ। ਠੀਕ ਹੈ, ਅੱਗੇ ਜਾ ਕੇ ਆਪਾਂ ਦੇਖਾਂਗੇ ਇਹੀ ਕਾਰਨ ਬਣਦਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਦਾ ਕਿ ਜ਼ਿਮੀਂਦਾਰ ਕੀ ਹੋ ਜਾਂਦੇ ਆ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਾਨ ਦੇ ਵੈਰੀ ਹੋ ਜਾਂਦੇ ਆ, ਕਿਉਂਕਿ ਦੇਖੋ ਉਹਨਾਂ ਦਾ ਰਾਜ ਚਲਾ ਗਿਆ, ਉਹਨਾਂ ਦੀ ਜ਼ਮੀਨਾਂ ਚਲੀਆਂ ਗਈਆਂ। ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀ ਕੀਤਾ ਜੀ, ਆਦੇਸ਼ ਦਿੱਤਾ ਕਿ ਜ਼ਮੀਨ ਦੀ ਮਾਲਕੀ ਕਿਸਾਨਾਂ ਨੂੰ ਦਿੱਤੀ ਜਾਵੇ ਤਾਂ ਜੋ ਉਹਨਾਂ ਨੂੰ ਇੱਜ਼ਤ ਮਾਣ ਮਿਲ ਸਕੇ, ਉਹਨਾਂ ਨੂੰ ਸਵੈ ਮਾਣ ਮਿਲ ਸਕੇ ਤੇ ਉਹ ਆਪਣੇ, ਠੀਕ ਹੈ, ਰਿਸਪੈਕਟ ਨਾਲ ਕੀ ਕਰ ਸਕਣ, ਜ਼ਿੰਦਗੀ ਬਤੀਤ ਕਰ ਸਕਣ। ਕਲੀਅਰ ਹੈ ਜੀ, ਯਾਦ ਰੱਖਿਓ ਪੁੱਛਿਆ ਜਾਂਦਾ ਹੁੰਦਾ ਕਿਹੜੀ ਪ੍ਰਥਾ ਖਤਮ ਕੀਤੀ, ਤਾਂ ਜ਼ਿਮੀਂਦਾਰਾ ਪ੍ਰਥਾ ਖਤਮ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਅੱਗੇ ਚੱਲਦੇ ਹਾਂ ਜੀ ਆਪਾਂ, ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇੱਕ ਪਿੰਡ ਸੀਗਾ ਮੁਖਲਿਸਗੜ੍ਹ, ਕਈ ਜਗ੍ਹਾ ਤੇ ਇਤਿਹਾਸ ਵੀ ਜ਼ਿਕਰ ਆਉਂਦਾ ਮੁਖਲਿਸਪੁਰ ਆਉਂਦਾ, ਪਰ ਇਹ ਜੇ ਆਪਾਂ ਸਹੀ ਮਾਇਨੇ 'ਚ ਗੱਲ ਕਰੀਏ ਤਾਂ ਉਹਦਾ ਨਾਮ ਸੀਗਾ ਮੁਖਲਿਸਗੜ੍ਹ ਸੀਗਾ। ਉਸ ਪਿੰਡ ਨੂੰ ਬਾਬਾ ਜੀ ਨੇ ਕੀ ਬਣਾਇਆ, ਆਪਣੀ ਰਾਜਧਾਨੀ ਬਣਾ ਲਿਆ। ਤਾਂ ਰਾਜਧਾਨੀ ਬਣਾਉਣ ਤੋਂ ਬਾਅਦ ਉਹਦਾ ਨਾਮ ਬਦਲਤਾ ਲੋਹਗੜ੍ਹ। ਲੋਹਗੜ੍ਹ ਕਿਉਂ ਰੱਖਿਆ ਗਿਆ, ਲੋਹਗੜ੍ਹ ਤਿਆਂ ਰੱਖਿਆ ਗਿਆ ਕਿਉਂਕਿ ਤੁਹਾਨੂੰ ਯਾਦ ਹੋਊਗਾ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਅੰਮ੍ਰਿਤਸਰ ਦੇ ਵਿਖੇ ਜਦੋਂ ਮੀਰੀ ਪੀਰੀ ਦੀ ਦੋ ਤਲਵਾਰਾਂ ਪਾਈਆਂ ਸੀਗੀਆਂ ਤਾਂ ਉੱਥੇ ਇੱਕ ਕਿਲ੍ਹਾ ਬਣਾਇਆ ਸੀ ਲੋਹਗੜ੍ਹ। ਤਾਂ ਉਹ ਦੇਖੋ ਉਸੇ ਨਕਸ਼ੇ ਕਦਮਾਂ ਤੇ ਚੱਲ ਰਹੇ ਨੇ ਬਾਬਾ ਜੀ, ਕਿਉਂਕਿ ਆਪਾਂ ਆਈਡਲ ਬਣ ਕੇ ਚੱਲ ਰਹੇ ਹਾਂ, ਆਪਾਂ ਸੋਚ ਉਹੀ ਲੈ ਕੇ ਚੱਲ ਰਹੇ ਹਾਂ, ਗੁਰੂ ਨਾਨਕ ਦੇਵ ਜੀ ਵਾਲੀ, ਗੁਰੂ ਗੋਬਿੰਦ ਸਿੰਘ ਜੀ ਵਾਲੀ। ਤਾਂ ਲੋਹਗੜ੍ਹ ਦਾ ਮਤਲਬ ਹੁੰਦਾ ਬੇਟੇ ਸਟੀਲ ਦਾ ਕਿਲ੍ਹਾ, ਮਤਲਬ ਕਿ ਐਨ ਮਜ਼ਬੂਤ ਕਿਲ੍ਹਾ, ਲੋਹਗੜ੍ਹ ਉਹਨੂੰ ਕਹਿ ਦਿੰਦੇ ਆ। ਤੇ ਪਿੰਡ ਕਿਹੜਾ ਸੀਗਾ, ਉਹ ਮੁਖਲਸਗੜ੍ਹ ਸੀਗਾ, ਮੁਖਲਸਪੁਰ ਵੀ ਕਹਿ ਸਕਦੇ ਆ, ਮੁਖਲਸਗੜ੍ਹ ਵੀ ਕਹਿ ਸਕਦੇ ਆ। ਕਲੀਅਰ ਹੈ, ਯਾਦ ਰੱਖਿਓ, ਇੱਥੋਂ ਵੀ ਕੁਐਸਚਨ ਨਿਕਲ ਕੇ ਆਉਂਦਾ ਹੁੰਦਾ। ਅੱਗੇ ਚੱਲਦੇ ਆ ਜੀ, ਉਸ ਤੋਂ ਬਾਅਦ ਬਾਬਾ ਜੀ ਨੇ ਆਪਣਾ ਟਕਸਾਲ ਜਾਰੀ ਕੀਤਾ। ਟਕਸਾਲ ਦਾ ਮਤਲਬ ਹੁੰਦਾ ਰਾਜੇ ਆਪਣੀ ਕਰੰਸੀ, ਆਪਣੀ ਮੋਹਰ। ਜਦੋਂ ਕੋਈ ਬੰਦਾ ਰਾਜਾ ਬਣਦਾ ਉਹ ਆਪਣੀ, ਦੇਖੋ, ਕਰੰਸੀ ਵੀ ਜਾਰੀ ਕਰਦਾ, ਉਹ ਆਪਣੀ ਮੋਹਰ ਵੀ ਜਾਰੀ ਕਰਦਾ। ਮੋਹਰ ਦਾ ਮਤਲਬ ਹੁੰਦਾ ਕਿ ਜਿੱਥੋਂ ਪਤਾ ਆਇਡੈਂਟੀਫਾਈ ਹੁੰਦਾ ਵੀ ਆਹ ਫਲਾਣੇ ਬੰਦੇ ਦੇ ਦਸਤਖਤ ਨੇ, ਜਾਂ ਕੋਈ ਕੋਈ ਵੀ ਮਤਲਬ ਚਿੱਠੀ ਪੱਤਰ ਆਉਂਦਾ ਕਿਸੇ ਹੋਰ ਰਾਜੇ ਨੂੰ ਭੇਜਿਆ ਜਾਂਦਾ ਤਾਂ ਆਇਡੈਂਟੀਫਿਕੇਸ਼ਨ ਵਾਸਤੇ ਹੁੰਦਾ ਸੀਗਾ। ਤਾਂ ਬਾਬਾ ਜੀ ਨੇ ਸਭ ਤੋਂ ਪਹਿਲਾਂ ਸਿੱਕਾ ਜਾਰੀ ਕੀਤਾ। ਸਿੱਕਾ ਉਹ ਜਾਰੀ ਕੀਤਾ, ਉਹਦੇ ਸਿੱਕੇ ਦੇ ਉੱਪਰ ਕੀ ਸੀਗਾ, ਇੱਕ ਫਾਰਸੀ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀਗਾ। ਚਲੋ ਉਹ ਕੀ ਲਿਖਿਆ ਸੀਗਾ, ਐਗਜ਼ਾਮ ਤਾਂ ਨਹੀਂ ਪੁੱਛਿਆ ਜਾਂਦਾ, ਪਰ ਥੋੜੀ ਨੌਲੇਜ ਵਾਸਤੇ ਦੱਸ ਦਿੰਦਾ। ਸਿੱਕੇ ਦੇ ਇੱਕ ਪਾਸੇ ਲਿਖਿਆ ਹੁੰਦਾ ਸੀਗਾ ਕਿ ਸਿੱਕਾ ਜਦ ਬਰ ਹਰ ਦੋ ਆਲਮ ਫਜ਼ਲ ਸੱਚਾ ਸਾਹਿਬ ਅਸਤ। ਇਹਦਾ ਮਤਲਬ ਕੀ ਹੁੰਦਾ ਕਿ ਸਿੱਕਾ ਮਾਰਿਆ ਦੋ ਜਹਾਨ ਉੱਤੇ ਬਖਸ਼ਿਸ਼ ਬਖਸ਼ਿਆ ਨਾਨਕ ਦੀ ਤੇਗ ਨੇ। ਕਹਿਣ ਦਾ ਮਤਲਬ ਕਿ ਇੰਨੇ ਨਿਮਰਤਾ ਵਾਲੇ ਸੀਗੇ ਬਾਬਾ ਜੀ, ਉਹਨਾਂ ਨੇ ਕਿਹਾ ਕਿ ਜੇ ਮੈਂ ਸਭ ਕੁਛ ਜਿੱਤਿਆ, ਜੇ ਮੈਂ ਸਿੱਕਾ ਜੇ ਜਾਰੀ ਕੀਤਾ, ਇਹ ਸਿਰਫ ਉਸੇ ਸੱਚੇ ਮਹਾਰਾਜ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ, ਸਿਰਫ ਉਹਦੀ ਬਖਸ਼ਿਸ਼ ਹੋਈ ਹੈ ਤਾਂ ਹੀ ਸਭ ਕੁਛ ਹੋਇਆ। ਠੀਕ ਹੈ, ਅੱਗੇ ਲਿਖਿਆ ਹੁੰਦਾ ਜੀ ਉਸੇ ਸਿੱਕੇ ਦੇ ਉੱਪਰ, ਨੈਕਸਟ ਲਿਖਿਆ ਹੋਇਆ ਫਤਿਹ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ ਤੇਗੇ ਨਾਨਕ ਵਾਹਬ ਅਸਤ। ਕਹਿਣ ਦਾ ਮਤਲਬ ਕਿ ਸ਼ਾਹੇ ਸ਼ਹਾਨ ਗੁਰੂ ਗੋਬਿੰਦ ਸਿੰਘ ਜੀ ਦੀ ਮਿਹਰਾਂ ਕੀਤੀਆਂ ਨੇ ਰੱਬ ਨੇ, ਤਾਂ ਜਾ ਕੇ ਇਹ ਚੀਜ਼ ਕੀ ਹੋਈ ਹੈ, ਪੋਸੀਬਲ ਹੋਈ ਹੈ, ਤਾਂ ਚੀਜ਼ ਹੋਈ ਹੈ, ਤਾਂ ਮੈਂ ਇਹ ਜੰਗਾਂ ਜਿੱਤੀਆਂ ਨੇ। ਠੀਕ ਹੈ ਜੀ, ਕਲੀਅਰ ਹੈ। ਤਾਂ ਸਿੱਕਾ ਜਾਰੀ ਕੀਤਾ, ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਇਹਨਾਂ ਨੇ ਕੀ ਕੀਤੀ, ਇੱਕ ਮੋਹਰ ਵੀ ਜਾਰੀ ਕੀਤੀ। ਇੱਥੋਂ ਵੀ ਕੁਸ਼ਚਨ ਅਕਸਰ ਪੁੱਛਿਆ ਜਾਂਦਾ ਹੁੰਦਾ, ਕਿਉਂਕਿ ਅੱਗੇ ਜਾ ਕੇ ਮਹਾਰਾਜ ਰਣਜੀਤ ਸਿੰਘ ਜੀ ਵੀ ਸਿੱਕਾ ਜਾਰੀ ਕਰਨਗੇ, ਉਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ। ਫਿਲਹਾਲ ਆਪਾਂ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਪੜ੍ਹ ਰਹੇ ਹਾਂ। ਠੀਕ ਹੈ ਜੀ, ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਜਦੋਂ ਬਾਬਾ ਜੀ ਰਹਿ ਰਹੇ ਸੀਗੇ, ਬਾਬਾ ਜੀ ਦੀ ਚੜ੍ਹਾਈ ਦੇਖ ਕੇ ਜ਼ਿਮੀਂਦਾਰਾਂ ਨੇ ਵੀ ਕੰਨ ਭਰਨੇ ਸ਼ੁਰੂ ਕੀਤੇ ਮੁਗਲਾਂ ਦੇ। ਤਾਂ ਇਸ ਤੋਂ ਇਲਾਵਾ ਇਹਨਾਂ ਦੀ ਵੱਧਦੀ ਹੋਈ ਤਾਕਤ ਦੇਖ ਕੇ, ਜਿਵੇਂ ਇਹਨਾਂ ਨੇ ਸਿੱਕੇ ਜਾਰੀ ਕੀਤੇ, ਇਹਨਾਂ ਨੇ ਟਕਸਾਲ ਜਾਰੀ ਕੀਤਾ, ਇਹਨਾਂ ਨੇ ਰਾਜਧਾਨੀ ਬਣਾ ਲਈ, ਤਾਂ ਮੁਗਲਾਂ ਨੂੰ ਕੀ ਹੋ ਗਿਆ, ਥੋੜਾ ਜਿਹਾ ਖਤਰਾ ਹੋ ਗਿਆ। ਤਾਂ ਫਿਰ ਆਖਰੀ ਲੜਾਈ ਜਿਹੜੀ ਲੜਦੇ ਨੇ, ਇਹ ਲੜਦੇ ਨੇ ਗੁਰਦਾਸ ਨੰਗਲ ਦੀ ਲੜਾਈ।
ਠੀਕ ਹੈ ਯਾਦ ਰੱਖਿਓ ਕੁਐਸਚਨ ਪੁੱਛਿਆ ਜਾਂਦਾ ਹੁੰਦਾ ਕਿ ਲਾਸਟ ਲੜਾਈ ਕਿਹੜੀ ਲੜੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਤਾਂ ਗੁਰਦਾਸ ਨੰਗਲ ਦੀ ਲੜਾਈ ਲੜੀ ਹੈ ਜਿਹੜੀ ਕਿ ਕਿਹਦੇ ਨਾਲ ਹੋਈ ਸੀਗੀ ਲਾਹੌਰ ਦਾ ਜਿਹੜਾ ਸੂਬਾ ਸੀਗਾ ਅਬਦੁਲ ਸਮਦ ਖਾਨ ਠੀਕ ਹੈ ਅਬਦੁਲ ਸਮਦ ਖਾਨ ਦੇ ਨਾਲ ਲੜਾਈ ਹੁੰਦੀ ਹੈ ਗੁਰਦਾਸਪੁਰ ਤੋਂ 4 ਮੀਲ ਦੂਰ ਹੈ ਪੱਛਮ ਵਾਲੀ ਸਾਈਡ ਗੁਰਦਾਸ ਨੰਗਲ ਦੀ ਗੜੀ ਉੱਥੇ ਲੜਾਈ ਹੁੰਦੀ ਹੈ ਉੱਥੇ ਲੜਾਈ ਦੇ ਵਿੱਚ ਹੁੰਦਾ ਕੀ ਹੈ ਘੇਰਾ ਪਾ ਲੈਂਦੇ ਨੇ ਫੌਜ ਜਿਹੜੀ ਹੁੰਦੀ ਮੁਗਲਾਂ ਦੀ ਫੌਜ ਉਹ ਗੜੀ ਨੂੰ ਘੇਰਾ ਪਾ ਲੈਂਦੀ ਹੈ ਤੇ ਰਾਸ਼ਨ ਪਾਣੀ ਬੰਦ ਕਰ ਦਿੰਦੇ ਨੇ ਤਾਂ ਕਾਫੀ ਦੇਰ ਇਹ ਲੜਾਈ ਲੜਦੀ ਹੈ ਬਾਬਾ ਜੀ ਦੇ ਜਿਹੜੇ ਸਿੱਖ ਹੁੰਦੇ ਆ ਉਹ ਬੜੀ ਸਿਦਕ ਦਿਲੀ ਦੇ ਨਾਲ ਕੀ ਲੜਦੇ ਆ ਝੂਝਦੇ ਆ ਪਰ ਇਹ 7-8 ਮਹੀਨੇ ਕੀ ਹੈ ਉਹ ਘੇਰਾ ਪਿਆ ਰਹਿੰਦਾ ਤਾਂ ਅੰਦਰ ਉਹ ਭੁੱਖੇ ਪਾਣੇ ਹੁੰਦੇ ਆ ਅਖੀਰ ਕਹਿੰਦੇ ਜੀ 7 ਦਸੰਬਰ 1715 ਨੂੰ ਫੌਜ ਦੁਆਰਾ ਫੜ ਲਏ ਜਾਂਦੇ ਆ ਸਾਰੇ ਸਿੱਖ ਕਿਉਂਕਿ ਭੁੱਖੇ ਪਾਣੇ ਹੁੰਦੇ ਆ ਜ਼ਿਆਦਾ ਦੇਰ ਲੜਿਆ ਨਹੀਂ ਜਾਂਦਾ ਭਾਈ ਰੋਟੀ ਪਾਣੀ ਬਿਨਾ ਤਾਂ 7 ਦਸੰਬਰ 1715 ਨੂੰ ਫੜੇ ਜਾਂਦੇ ਆ ਸਾਰੇ ਸਿੱਖ ਠੀਕ ਹੈ ਜੀ ਨਾਲ ਕੌਣ ਹੁੰਦੇ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਹੁਣ ਦੇਖੋ ਜੀ ਹੁੰਦਾ ਕੀ ਅੱਗੇ ਇਸ ਤੋਂ ਬਾਅਦ ਬਾਬਾ ਜੀ ਨੂੰ ਫੜ ਕੇ ਲਿਜਾਇਆ ਜਾਂਦਾ ਹੈ ਉਹਨਾਂ ਦੇ ਨਾਲ ਕੀ ਹੁੰਦੇ ਆ ਜੀ 2 ਤੋਂ ਲੈ ਕੇ 300 ਸਿੱਖ ਹੁੰਦੇ ਆ ਜਿਨ੍ਹਾਂ ਦੇ ਹੱਥ ਪੈਰ ਬੰਨੇ ਹੁੰਦੇ ਆ ਬਾਕੀਆਂ ਦੇ ਸੀਸ ਵੱਢ ਕੇ ਨੇਜਿਆਂ ਦੇ ਉੱਪਰ ਕੀ ਹੁੰਦੇ ਟੰਗੇ ਹੁੰਦੇ ਆ ਠੀਕ ਹੈ ਜੀ ਡਰਾਵਾ ਦੇਣ ਵਾਸਤੇ ਕਿ ਅਸੀਂ ਦੇਖੋ ਕੀ ਕੀਤਾ ਕੱਲ ਨੂੰ ਕੋਈ ਬੰਦਾ ਕੀ ਹੈ ਸਿਰ ਕੱਢਣ ਦੀ ਕੋਸ਼ਿਸ਼ ਨਾ ਕਰੇ ਇਸ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਮਾਤਾ ਹੋ ਗਈ ਪਤਨੀ ਹੋ ਗਈ ਤੇ 3 ਸਾਲਾਂ ਦਾ ਪੁੱਤਰ ਜਿਹੜਾ ਬਾਬਾ ਅਜੇ ਸਿੰਘ ਜੀ ਹੈ ਉਹਨਾਂ ਨੂੰ ਵੀ ਨਾਲ ਫੜਿਆ ਜਾਂਦਾ ਹੈ ਬਾਬਾ ਜੀ ਦੇ ਨਾਲ ਅੱਗੇ ਚੱਲਦੇ ਆ ਜੀ ਇਸ ਤੋਂ ਇਲਾਵਾ ਸਭ ਤੋਂ ਪਹਿਲਾਂ ਲੈ ਕੇ ਕਿੱਥੇ ਜਾਂਦੇ ਬਾਬਾ ਜੀ ਨੂੰ ਲਾਹੌਰ ਲੈ ਕੇ ਜਾਂਦੇ ਆ ਸਭ ਤੋਂ ਪਹਿਲਾਂ ਲਾਹੌਰ ਲੈ ਕੇ ਜਾਂਦੇ ਆ ਪੂਰੀ ਬੇਪੱਤੀ ਕਰਕੇ ਬਾਬਾ ਜੀ ਦੀ ਬਾਜ਼ਾਰਾਂ 'ਚ ਘੁਮਾਇਆ ਜਾਂਦਾ ਹੈ ਫਿਰ ਲਾਹੌਰ ਤੋਂ ਕਿੱਥੇ ਲੈ ਕੇ ਜਾਂਦੇ ਆ ਤੋਰ ਕੇ ਦਿੱਲੀ ਵੱਲ ਨੂੰ ਲੈ ਕੇ ਜਾਂਦੇ ਆ ਇਹ ਯਾਦ ਰੱਖਣਾ ਪਹਿਲਾਂ ਲਾਹੌਰ ਲੈ ਕੇ ਆਉਂਦੇ ਆ ਲਾਹੌਰ ਤੋਂ ਬਾਅਦ ਹੀ ਦਿੱਲੀ ਲੈ ਕੇ ਜਾਂਦੇ ਆ ਠੀਕ ਹੈ ਹੁਣ ਮੈਂ ਅੱਗੇ ਦੱਸਦਾ ਹੁੰਦਾ ਕੀ ਹੈ ਹੁਣ ਉੱਥੇ ਜਾ ਕੇ ਕੀ ਕਰਦੇ ਆ ਜੀ ਉਹ ਤਾਂ ਤੁਸੀਂ ਕਹੋਗੇ ਵੀ ਸਰ ਦਿੱਲੀ ਕਿਉਂ ਲੈ ਕੇ ਗਏ ਕਿਉਂਕਿ ਦਿੱਲੀ ਦੇ ਵਿੱਚ ਕੌਣ ਬੈਠਾ ਫਾਰੂਕ ਸਿਆਰ ਬੈਠਾ ਇਹਨਾਂ ਨੇ ਕੀ ਕਰਨਾ ਸੀ ਆਪਣੇ ਨਾਮ ਲੈਣੇ ਸੀਗੇ ਆਪਣੀਆਂ ਵਾਹਾਂ ਖੱਟਣੀਆਂ ਸੀਗੀਆਂ ਜਿਹੜਾ ਲਾਹੌਰ ਦਾ ਨਵਾਬ ਹੈਗਾ ਸਮੀਅਤ ਖਾਨ ਉਹਨੂੰ ਐਂ ਸੀਗਾ ਕਿ ਮੈਂ ਉੱਥੇ ਲੈ ਕੇ ਜਾਵਾਂ ਮੈਨੂੰ ਨਾਮ ਮਿਲਣਗੇ ਮੈਨੂੰ ਹੋਰ ਮਤਲਬ ਕਿ ਉੱਚ ਪਦਵੀਆਂ ਮਿਲਣਗੀਆਂ ਫਿਰ ਕੀ ਕਰਦੇ ਨੇ ਇਹ 4 ਥਾਵਾਂ ਤੋਂ ਸੰਗਲਾਂ ਨਾਲ ਲੂੜ ਕੇ ਲੋਹੇ ਦੇ ਪਿੰਜਰੇ 'ਚ ਬੰਦ ਕਰਕੇ ਬਾਬਾ ਜੀ ਨੂੰ ਤੇ ਬਾਕੀ ਜਿਹੜੇ ਕੈਦੀ ਸੀਗੇ 740 ਦੇ ਕਰੀਬ ਬਾਕੀ ਨੇਜਿਆਂ ਦੇ ਸਿਰ ਟੰਗ ਕੇ 2000 ਬੰਦਿਆਂ ਦੇ ਸਿਰ ਕਲਮ ਕਰਕੇ ਜਿਹੜੇ ਜੰਗ ਦੇ ਦੌਰਾਨ ਉਹਨਾਂ ਦੇ ਟੰਗ ਕੇ ਲਿਜਾਂਦੇ ਆ ਇਸ ਤੋਂ ਇਲਾਵਾ 700 ਸਿੱਖਾਂ ਦੇ ਗੱਡੇ ਭਰ ਕੇ ਲਿਜਾਂਦੇ ਸਿੱਸਾਂ ਦੇ ਕਹਿਣ ਦਾ ਮਤਲਬ ਕਿ ਇਨਾਮ ਲੈਣ ਦੇ ਮਾਰੇ ਇੰਨਾ ਕਤਲੇਆਮ ਕਰਦੇ ਨੇ ਠੀਕ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਕੀ ਕਰਦੇ ਨੇ ਲੋਹੇ ਦੇ ਪਿੰਜਰੇ 'ਚ ਬੰਦ ਕਰਕੇ ਨਾਲ ਲੈ ਕੇ ਜਾਂਦੇ ਆ ਹੁਣ ਅੱਗੇ ਦੇਖਦੇ ਆ ਹੁੰਦਾ ਕੀ ਹੈ ਇਹ ਕਾਫਲਾ ਕਹਿੰਦੇ ਵੀ 1716 28 ਫਰਵਰੀ ਨੂੰ ਕਿੱਥੇ ਪਹੁੰਚਦਾ ਹੈ ਦਿੱਲੀ ਪਹੁੰਚ ਜਾਂਦਾ ਹੈ ਉੱਥੇ ਹੁਣ ਕੀ ਕਰਨਗੇ ਜੀ ਇਹ ਬਾਬਾ ਜੀ ਨੂੰ ਅਲੱਗ ਕੈਦ ਕਰ ਦਿੰਦੇ ਆ ਇਸ ਤੋਂ ਇਲਾਵਾ ਭਾਈ ਬਾਜ ਸਿੰਘ ਹੋ ਗਏ ਬਾਬਾ ਕਾਹਨ ਸਿੰਘ ਭਾਈ ਫਤਿਹ ਸਿੰਘ ਤੇ ਆਦਿ ਸਿੱਖਾਂ ਨੂੰ ਵੱਖਰੀ ਕੈਦ 'ਚ ਰੱਖ ਦਿੰਦੇ ਆ ਤੇ ਉੱਥੇ ਰਾਜਾ ਕਿਹੜਾ ਹੁੰਦਾ ਫਾਰੂਕ ਸਿਆਰ ਹੁੰਦਾ ਹੈ ਮੁਗਲ ਬਾਦਸ਼ਾਹ ਹੁਣ ਕਹਿੰਦੇ ਕੀ ਹੈ ਜੀ ਇਹ ਜਿਹੜੇ ਹੁਣ ਇਹਦੇ ਵਿੱਚੋਂ ਕੁਛ ਜਿਹੜੇ ਸਿੰਘ ਹੁੰਦੇ ਆ 694 ਦੇ ਲਗਭਗ ਇਹ ਆਪਣੇ ਨਾ ਸਰਬਰਾਹ ਖਾਨ ਕੋਤਵਾਲ ਦੇ ਹਵਾਲੇ ਕਰ ਦਿੰਦੇ ਉਹਨੂੰ ਕਹਿੰਦੇ ਵੀ ਕਤਲ ਕਰ ਦੇ ਠੀਕ ਹੈ ਚਲੋ ਇਹ ਆਪਣਾ ਇਗਜ਼ਾਮ 'ਚ ਨਹੀਂ ਪੁੱਛਿਆ ਜਾਂਦਾ ਇਸ ਤੋਂ ਇਲਾਵਾ ਜਿਹੜਾ ਮੇਨ ਕੰਮ ਸ਼ੁਰੂ ਕਰਦੇ 5 ਮਾਰਚ 1716 ਨੂੰ ਕਤਲੇਆਮ ਸ਼ੁਰੂ ਕਰਦੇ ਆ ਇਹ ਰੋਜ਼ 100 ਸਿੱਖਾਂ ਨੂੰ ਲੈ ਕੇ ਆਉਂਦੇ ਆ ਉਹਨਾਂ ਨੂੰ ਕਹਿੰਦੇ ਆ ਵੀ ਤੁਸੀਂ ਆਪਣਾ ਧਰਮ ਤਬਦੀਲ ਕਰ ਲਓ ਤੁਸੀਂ ਮੁਸਲਮਾਨ ਬਣ ਜਾਓ ਅਸੀਂ ਤੁਹਾਨੂੰ ਛੱਡ ਦਾਂਗੇ ਬਟ ਉਹ ਨਹੀਂ ਮੰਨਦੇ ਤਾਂ ਬਾਕੀ ਸਿੱਖਾਂ ਦੇ ਸਾਹਮਣੇ ਉਹ 100 ਸਿੱਖਾਂ ਨੂੰ ਕੀ ਕਰਦੇ ਸੀ ਰੋਜ਼ ਕਤਲ ਕਰਦੇ ਸੀਗੇ 100 ਸਿੱਖਾਂ ਨੂੰ ਲਿਆਇਆ ਜਾਂਦਾ ਸੀ ਕਤਲ ਕਰਕੇ ਕੀ ਕਰਤਾ ਜਾਂਦਾ ਸੀਗਾ ਵੱਢ ਦਿੱਤਾ ਜਾਂਦਾ ਸੀਗਾ ਪਰ ਉਹ ਆਪਣਾ ਧਰਮ ਨਹੀਂ ਬਦਲਦੇ ਸੀਗੇ ਪਰ ਅਰਦਾਸ ਵੀ ਸੁਣਦੇ ਆ ਹਨਾ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਹਨਾ ਇਹਨਾਂ ਨੇ ਧਰਮ ਨਹੀਂ ਛੱਡਿਆ ਆਪਣੇ ਸਿੱਖਾਂ ਨੇ ਠੀਕ ਆ ਜੀ ਤਾਂ ਕੋਟ ਕੋਟ ਪ੍ਰਣਾਮ ਭਾਈ ਉਹਨਾਂ ਦੀ ਸ਼ਹੀਦੀ ਨੂੰ ਅੱਗੇ ਚੱਲਦੇ ਆ ਜੀ ਫਿਰ ਕਹਿੰਦੇ ਇਹ ਸ਼ਹੀਦਾਂ ਦਾ ਸਿਲਸਿਲਾ ਸ਼ਹਾਦਤਾਂ ਦਾ ਸਿਲਸਿਲਾ 7 ਦਿਨ ਜਾਰੀ ਰਹਿੰਦਾ ਰੋਜ਼ 100 ਬੰਦੇ ਵੱਢਦੇ ਨੇ ਇਹ ਤੇ ਧਰਮ ਪਰਿਵਰਤਨ ਲਈ ਮਜਬੂਰ ਕਰਦੇ ਨੇ ਪਰ ਉਹ ਅਡੋਲ ਰਹਿੰਦੇ ਨੇ ਧਰਮ ਪਰਿਵਰਤਨ ਥਾਂ ਤੇ ਕੀ ਕਰਦੇ ਨੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਹੁਣ ਕੀ ਆ ਜੀ ਇਹ ਅੱਗੇ ਸਿਲਸਿਲਾ ਇਵੇਂ ਚੱਲਦਾ ਰਹਿੰਦਾ ਇਸ ਤੋਂ ਇਲਾਵਾ ਫਿਰ ਗੱਲ ਆ ਜਾਂਦੀ ਹੈ ਜੀ 9 ਜੂਨ ਹੁਣ ਮੇਨ ਇਹ ਡੇਟ ਯਾਦ ਰੱਖਣੀ ਹੈ 3 ਮਹੀਨੇ ਬਾਅਦ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਦਾ ਦਿਨ ਰੱਖਿਆ ਜਾਂਦਾ ਮਤਲਬ ਕਿ ਤੈਅ ਕਰ ਦਿੰਦੇ ਆ ਵੀ ਇੱਦਣ ਬਾਬਾ ਜੀ ਨੂੰ ਸ਼ਹੀਦ ਕਰਾਂਗੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਨਹੀਂ ਮੰਨਣਗੇ ਇਹਨਾਂ ਨੂੰ ਹੁਣ ਸ਼ਹੀਦੀ ਕਰਨਾ ਪਊਗਾ ਇਹਨਾਂ ਨੇ ਧਰਮ ਪਰਿਵਰਤਨ ਨਹੀਂ ਕਰਨਾ ਗਾ ਤਾਂ ਫਿਰ ਕੀ ਆ ਜੀ ਬਾਬਾ ਜੀ ਤੇ ਉਹਨਾਂ ਸਾਥੀਆਂ ਨੂੰ ਕੀ ਆ ਬਾਜ਼ਾਰ 'ਚ ਘੁਮਾਉਂਦੇ ਆ ਇਸ ਤੋਂ ਉਪਰੰਤ ਜਿਹੜਾ ਮੇਨ ਕੰਮ ਕਰਦੇ ਸਭ ਤੋਂ ਘਟੀਆ ਕੰਮ ਕੀ ਕਰਦੇ ਨੇ ਬਾਬਾ ਜੀ ਦੇ ਜਿਹੜੇ ਬੱਚੇ ਸੀਗੇ 3 ਸਾਲ ਦੇ ਛੋਟੇ ਅਜੇ ਸਿੰਘ ਜੀ ਉਹਨਾਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਦਾ ਦਿਲ ਕੱਢ ਕੇ ਬਾਬਾ ਜੀ ਦੇ ਮੂੰਹ 'ਚ ਪਾ ਦਿੰਦੇ ਆ ਠੀਕ ਹੈ ਇਹ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਦੇਖੋ ਦਿਲ ਕੱਢ ਕੇ ਬੱਚੇ ਦਾ ਮੂੰਹ 'ਚ ਪਾਉਣਾ ਸਭ ਤੋਂ ਵੱਡੀ ਗੱਲ ਹੈ ਤੇ ਫਿਰ ਵੀ ਅਡੋਲ ਰਹਿੰਦੇ ਨੇ ਧੰਨ ਉਹਨਾਂ ਦੀ ਸਿੱਖੀ ਧੰਨ ਉਹਨਾਂ ਦਾ ਸਿਦਕ
ਬਟ ਫਿਰ ਵੀ ਉਹ ਕੀ ਕਰਦੇ ਨੇ ਧਰਮ ਪਰਿਵਰਤਨ ਵਾਸਤੇ ਹਾਂ ਨਹੀਂ ਕਰਦੇਗੇ। ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਹਜੇ ਵੀ ਜ਼ੁਲਮ ਦੀ ਅੰਤ ਨਹੀਂ ਹੁੰਦਾ ਗਾ, ਫਿਰ ਇਹ ਬਾਬਾ ਜੀ ਨੂੰ ਕੀ ਕਰਦੇ ਨੇ ਗਰਮ ਕੀ ਆ ਜਬੂਰਾ ਲਗਾ ਕੇ ਨੋਚਿਆ ਜਾਂਦਾ। ਜਬੂਰਾ ਕੀ ਹੁੰਦੀ ਹੈ, ਜਿਵੇਂ ਲੋਹੇ ਦੀਆਂ ਆਹ ਦੇਖੋ, ਨੋਚਣਾ ਮਤਲਬ ਕੀ ਹੁੰਦਾ ਕਿ ਐ ਸਰੀਰ ਦੇ ਮਾਸ ਕੱਢ ਦਿੰਦੇ ਸੀ ਗਰਮ ਗਰਮ ਲਗਾ ਕੇ, ਬਟ ਬਾਬਾ ਜੀ ਨੇ ਫਿਰ ਵੀ ਦੇਖੋ ਈਨ ਨਹੀਂ ਮੰਨੀ ਤੇ ਤਸੀਹੇ ਦੇ ਕੇ ਬਾਬਾ ਜੀ ਨੂੰ ਕੀ ਕਰ ਦਿੰਦੇ, ਇਹ ਸ਼ਹੀਦ ਕਰ ਦਿੰਦੇ ਆ। ਤੇ ਸ਼ਹੀਦ ਕਰਦੇ ਕਦੋਂ ਤੁਹਾਨੂੰ ਮੈਂ ਦੱਸਤਾ, ਠੀਕ ਹੈ, ਯਾਦ ਰੱਖਣਾ। ਇਸ ਤੋਂ ਇਲਾਵਾ ਬਾਕੀ ਸਿੰਘਾਂ ਨੂੰ ਵੀ ਸ਼ਹੀਦ ਹੋ ਜਾਂਦੇ ਆ ਵਾਰੀ ਵਾਰੀ, ਤੇ ਆਪਾਂ ਇਹਨਾਂ ਦੀ ਸ਼ਹੀਦੀ ਨੂੰ ਭਾਈ ਦਿਲ ਤੋਂ ਕੋਟ ਕੋਟ ਪ੍ਰਣਾਮ। ਇੰਨੇ ਤਕੜੇ ਸਿੱਖ ਸੀਗੇ ਜਿਨ੍ਹਾਂ ਨੇ ਸਿਦਕ ਕਦੇ ਨਹੀਂ ਡੋਲਿਆ। ਹੁਣ ਅਗਲੀ ਵੀਡੀਓ 'ਚ ਆਪਾਂ ਪੜ੍ਹਨਾ ਕੀ ਹੈ, ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੋ ਜਾਂਦੀ, ਉਸ ਤੋਂ ਬਾਅਦ ਹੁੰਦਾ ਕੀ ਹੈ, ਕਿਹੜੇ ਕਿਹੜੇ ਦਲ ਨਿਕਲ ਕੇ ਆਉਂਦੇ ਨੇ, ਕਿਹੜੀਆਂ ਕਿਹੜੀਆਂ ਮਿਸਲਾਂ ਬਣਦੀਆਂ ਨੇ, ਫਿਰ ਉਹ ਮਿਸਲਾਂ ਕਿਵੇਂ ਬਾਬਾ ਰਣਜੀਤ ਸਿੰਘ ਜੀ ਦੇ ਇੱਕ ਵੱਖਰੇ ਸਿੱਖ ਰਾਜ ਦੇ ਵਿੱਚ ਮਰਜ ਹੋ ਜਾਂਦੀਆਂ ਨੇ, ਇਹ ਸਾਰੀਆਂ ਚੀਜ਼ਾਂ ਪੜਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ। ਤੇ ਅੱਜ ਦੀ ਵੀਡੀਓ ਵੀ ਕਾਫੀ ਇੰਪੋਰਟੈਂਟ ਹੈ, ਹੋ ਸਕਦਾ ਹੈ ਛੋਟੀ ਹੋਵੇ ਬਟ ਕਾਫੀ ਇੰਪੋਰਟੈਂਟ ਹੈ, ਕਾਫੀ ਇਹ ਤੋਂ ਕੁਐਸਚਨ ਨਿਕਲ ਕੇ ਆਉਂਦੇ ਆ। ਤਾਂ ਚੈੱਕ ਕਰਿਓ ਤੁਸੀਂ ਆਪਣਾ ਮੈਮਰੀ ਟੈਸਟ, ਤਾਂ ਦੇਖਦੇ ਆ ਕਿੰਨੇ ਕੁ ਧਿਆਨ ਨਾਲ ਤੁਸੀਂ ਆਪਣੀ ਵੀਡੀਓ ਦੇਖੀ ਹੈ। ਜੇ ਕੋਈ ਕੁਐਸਚਨ ਗਲਤ ਹੋਇਆ ਬੇਟੇ, ਆਨਸਰ ਆਪਦਾ ਮੈਚ ਕਰ ਲਿਓ। ਸਭ ਤੋਂ ਪਹਿਲਾ ਕੁਐਸਚਨ ਹੈਗਾ ਜੀ, ਪੰਜਾਂ ਤਖਤਾਂ ਦੇ ਵਿੱਚੋਂ ਸਭ ਤੋਂ ਪੁਰਾਣਾ ਤਖਤ ਕਿਹੜਾ ਹੈ? ਤਾਂ ਤੁਹਾਨੂੰ ਮੈਂ ਪੜ੍ਹਾ ਕੇ ਹਟਿਆ ਹੁਣੀ, ਕਿਹੜਾ ਤਖਤ ਹੈ ਜੀ? ਤਖਤ ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ, ਤਖਤ ਸ੍ਰੀ ਅਕਾਲ ਤਖਤ ਸਾਹਿਬ ਜਾਂ ਫਿਰ ਤਖਤ ਸ੍ਰੀ ਪਟਨਾ ਸਾਹਿਬ। ਤਾਂ ਤੁਹਾਨੂੰ ਮੈਂ ਪੜ੍ਹਾ ਕੇ ਹਟਿਆ ਬੇਟੇ, ਸਭ ਤੋਂ ਪੁਰਾਣਾ ਤਖਤ ਹੈਗਾ 1609 ਈਸਵੀ ਦੇ ਵਿੱਚ ਬਣਾਇਆ ਗਿਆ ਸੀਗਾ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ। ਤਾਂ ਰਾਈਟ ਆਨਸਰ ਕੀ ਬਣਦਾ ਤੁਹਾਡਾ? ਸੀ ਆਉਂਦਾ। ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਹਜ਼ੂਰ ਸਾਹਿਬ ਹੇਠ ਲਿਖਿਆਂ ਵਿੱਚੋਂ ਕਿਹੜੀ ਨਦੀ ਦੇ ਕਿਨਾਰੇ ਤੇ ਹੈ? ਤਾਂ ਤੁਹਾਨੂੰ ਸਾਰਿਆਂ ਨੂੰ ਦਿਮਾਗ ਦੇ ਵਿੱਚ ਵੱਜ ਗਈ ਹੋਊਗੀ, ਕਿਹੜੀ ਨਦੀ ਹੈ? ਕ੍ਰਿਸ਼ਨਾ, ਕਾਵੇਰੀ, ਗੋਦਾਵਰੀ ਜਾਂ ਫਿਰ ਮਹਾਨਦੀ? ਤਾਂ ਗੋਦਾਵਰੀ ਨਦੀ ਦੇ ਕੰਢੇ ਤੇ ਹੈ। ਤੁਹਾਨੂੰ ਮੈਂ ਪੜ੍ਹਾ ਕੇ ਹਟਿਆ ਵੀ ਕੁਐਸਚਨ ਬਹੁਤ ਵਾਰੀ ਆਉਂਦਾ, ਮੈਨੂੰ ਲੱਗਦਾ ਵੀ ਹਰੇਕ ਪੇਪਰ ਦੇ ਵਿੱਚ, ਜਿਵੇਂ 10 ਪੇਪਰਾਂ ਦੇ ਵਿੱਚ 6 ਪੇਪਰਾਂ ਦੇ ਵਿੱਚ ਇਹ ਕੁਐਸਚਨ ਆਉਂਦਾ ਹੀ ਆਉਂਦਾ ਹੈ। ਅੱਗੇ ਆ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਸਲੀ ਨਾਮ ਕੀ ਸੀਗਾ? ਲਛਮਣ ਦੇਵ, ਮਾਧੋ ਦਾਸ, ਬੰਦਾ ਬੈਰਾਗੀ ਜਾਂ ਫਿਰ ਗੁਰਬਖਸ਼ ਸਿੰਘ? ਤਾਂ ਤੁਹਾਨੂੰ ਪਤਾ ਜਿਹੜਾ ਮੇਨ ਨਾਮ ਸੀਗਾ, ਅਸਲੀ ਨਾਮ ਕੀ ਸੀਗਾ ਬੇਟੇ? ਲਛਮਣ ਦੇਵ ਸੀਗਾ। ਬੈਰਾਗੀ ਜੇ ਆਏ ਕਹਿਣਗੇ ਕੁਐਸਚਨ ਇਦਾਂ ਆਜੂਗਾ ਕਿ ਬੈਰਾਗੀ ਬਣਨ ਤੋਂ ਬਾਅਦ ਕੀ ਨਾਮ ਸੀਗਾ, ਫਿਰ ਆਨਸਰ ਆਜੂਗਾ ਜੀ ਮਾਧੋ ਦਾਸ। ਕਈ ਵਾਰ ਕੁਐਸਚਨ ਆਇਆ ਪੁੱਛ ਲੈਂਦੇ ਆ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਬਾਅਦ ਕੀ ਨਾਮ ਸੀਗਾ, ਤਾਂ ਉਹ ਸਭ ਨੂੰ ਪਤਾ ਹੀ ਹੈ, ਬਾਬਾ ਬੰਦਾ ਸਿੰਘ ਬਹਾਦਰ। ਅੱਗੇ ਗੱਲ ਕਰਦੇ ਆ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਕਿੱਥੇ ਹੋਇਆ? ਅੰਮ੍ਰਿਤਸਰ ਵਿਖੇ, ਮੁਲਤਾਨ, ਕਸ਼ਮੀਰ, ਲਾਹੌਰ? ਤਾਂ ਆਪਾਂ ਪੜ੍ਹ ਕੇ ਹਟੇ ਆ ਰਜੌਰੀ, ਪੁਨਿਸ਼, ਕਸ਼ਮੀਰ ਦੇ ਵਿੱਚ। ਤਾਂ ਰਾਈਟ ਆਨਸਰ ਕੀ ਬਣ ਜੂਗਾ? ਸੀ ਬਣ ਜੂਗਾ। ਅੱਗੇ ਗੱਲ ਕਰਦੇ ਹਾਂ ਜੀ, ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਕਦੋਂ ਮਿਲੇ? ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ। 1706, 7, 8 ਜਾਂ ਫਿਰ 10 ਜਾਂ 9? ਤਾਂ ਤੁਹਾਨੂੰ ਸਭ ਨੂੰ ਪਤਾ, ਮੈਂ ਤੁਹਾਨੂੰ ਪੜ੍ਹਾ ਕੇ ਆਇਆ ਰਾਜੇ, 1708 ਦੇ ਵਿੱਚ ਕੀ ਹੁੰਦੀ ਹੈ? ਮੁਲਾਕਾਤ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ। ਕਿਹਦੇ ਨਾਲ? ਬੰਦਾ ਸਿੰਘ ਬਹਾਦਰ ਦੇ ਨਾਲ। ਤੇ ਉਹ ਕੀ ਕਰਦੇ ਨੇ? ਫਿਰ ਅੰਮ੍ਰਿਤਪਾਨ ਕਰਦੇ ਨੇ ਤੇ ਫਿਰ ਉਹ ਸਿੰਘ ਸੱਜ ਜਾਂਦੇ ਨੇ। ਅੱਗੇ ਗੱਲ ਕਰਦੇ ਹਾਂ ਜੀ, ਬੰਦਾ ਸਿੰਘ ਬਹਾਦਰ ਜੀ ਨੇ ਕਿਸ ਨੂੰ ਆਪਣੀ ਰਾਜਧਾਨੀ ਬਣਾਇਆ? ਤਾਂ ਤੁਹਾਨੂੰ ਪਤਾ ਹੀ ਹੈ ਕਿਹਨੂੰ ਬਣਾਇਆ, ਕਸ਼ਮੀਰ ਨੂੰ, ਪੁਨਿਸ਼ ਨੂੰ, ਮੁਖਲਸਗੜ੍ਹ ਨੂੰ ਜਾਂ ਫਿਰ ਕੈਥਲ ਨੂੰ? ਤਾਂ ਰਾਜੇ ਮੁਖਲਸਗੜ੍ਹ ਉਹੀ ਹੈ ਜਿਹਨੂੰ ਬਾਅਦ ਦੇ ਵਿੱਚ ਨਾਮ ਬਦਲ ਕੇ ਕੀ ਕਰਤਾ, ਲੋਹਗੜ੍ਹ ਰੱਖਤਾ ਸੀਗਾ, ਸਟੀਲ ਦਾ ਕਿਲਾ, ਹਨਾ? ਤਾਂ ਸੀ ਆਨਸਰ ਆਊਗਾ। ਅੱਗੇ ਕਹਿੰਦੇ ਆ ਜੀ, ਬੰਦਾ ਸਿੰਘ ਬਹਾਦਰ ਜੀ ਨੂੰ ਕਿਸ ਥਾਂ ਤੇ ਸ਼ਹੀਦ ਕੀਤਾ ਗਿਆ ਸੀਗਾ? ਦਿੱਲੀ ਦੇ ਵਿਖੇ, ਲਾਹੌਰ ਵਿਖੇ, ਲੋਹਗੜ੍ਹ ਵਿਖੇ, ਮੁਲਤਾਨ ਵਿਖੇ? ਤਾਂ ਬੱਚੇ ਇਹਦੇ ਵਿੱਚ ਕਨਫਿਊਜ਼ ਹੋ ਜਾਂਦੇ ਆ। ਦੇਖੋ ਪਹਿਲਾਂ ਲਾਹੌਰ ਲੈ ਕੇ ਗਏ, ਬਟ ਉੱਥੇ ਨਾਮ ਲੈਣ ਦੇ ਮਾਰੇ ਕੀ ਚਲੇ ਗਏ, ਦਿੱਲੀ ਚਲੇ ਗਏ। ਕਿੱਥੇ? ਫਾਰੂਕ ਸਿਆਰ ਕੋਲੇ। ਤਾਂ ਦਿੱਲੀ ਆਨਸਰ ਆਊਗਾ। ਠੀਕ ਹੈ ਜੀ। ਅੱਗੇ ਜੀ, ਬੰਦਾ ਸਿੰਘ ਬਹਾਦਰ ਦੀ ਮੁਗਲਾਂ ਨਾਲ ਆਖਰੀ ਲੜਾਈ ਕਿਹੜੀ ਸੀਗੀ? ਤਾਂ ਤੁਹਾਨੂੰ ਮੈਂ ਪੜ੍ਹਾ ਕੇ ਹਟਿਆ, ਸਰਹੰਦ ਦੀ ਲੜਾਈ, ਸਮਾਣੇ ਦੀ, ਗੁਰਦਾਸ ਨੰਗਲ ਦੀ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਤਾਂ ਰਾਜੇ ਗੁਰਦਾਸ ਨੰਗਲ ਦੀ ਜਿਹੜੀ ਲੜਾਈ ਹੋਈ ਹੈ ਗੁਰਦਾਸ ਦੀ ਗੜੀ ਦੇ ਵਿੱਚ, ਉਹ ਲਾਸਟ ਲੜਾਈ ਸੀਗੀ, ਠੀਕ ਹੈ, ਸਮੇਤ ਖਾਨ ਦੇ ਨਾਲ। ਅੱਗੇ ਆ ਜੀ, ਸਰਹੰਦ ਦੀ ਲੜਾਈ ਕਿੱਥੇ ਲੜੀ ਗਈ ਹੈ? ਤੁਹਾਨੂੰ ਸਾਰਿਆਂ ਨੂੰ ਪਤਾ ਕਿੱਥੇ ਲੜੀ ਗਈ ਹੈ, ਸਮਾਣੇ, ਕਪੂਰ, ਸੋਨੀਪਤ ਜਾਂ ਫਿਰ ਚੱਪੜਚਿੜੀ? ਤਾਂ ਰਾਈਟ ਆਨਸਰ ਕੀ ਬਣਦਾ ਜੀ? ਚੱਪੜਚਿੜੀ, ਖਰੜ, ਮੋਹਾਲੀ। ਬੰਦਾ ਸਿੰਘ ਬਹਾਦਰ ਜੀ ਦੇ ਪੁੱਤਰ ਦਾ ਨਾਮ ਕੀ ਸੀਗਾ? ਵਿਜੇ ਸਿੰਘ, ਅਜੈ ਸਿੰਘ, ਪ੍ਰਤਾਪ ਸਿੰਘ, ਜਗਤਾਰ ਸਿੰਘ? ਤਾਂ ਬਾਬਾ ਅਜੇ ਸਿੰਘ, ਠੀਕ ਹੈ, 3 ਸਾਲ ਦੀ ਉਮਰ ਸੀ ਇਹਨਾਂ ਦੀ। ਅੱਗੇ ਆ ਜੀ, ਬੰਦਾ ਸਿੰਘ ਨੂੰ ਬਹਾਦਰ ਜੀ ਨੂੰ ਕਿਸ ਮੁਗਲ ਬਾਦਸ਼ਾਹ ਨੇ ਸ਼ਹੀਦ ਕੀਤਾ? ਤਾਂ ਔਰੰਗਜ਼ੇਬ, ਫਾਰੂਕ ਸਿਆਰ, ਜਹਾਂਗੀਰ, ਬਹਾਦਰ ਸ਼ਾਹ? ਤਾਂ ਫਾਰੂਕ ਸਿਆਰ ਨੇ ਸ਼ਹੀਦ ਕੀਤਾ, ਵੀ ਕੁਐਸਚਨ ਮੋਸਟ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਹੁੰਦਾ ਹੈ। ਤੇ ਚੱਪੜਚਿੜੀ ਦੀ ਲੜਾਈ ਕਦੋਂ ਲੜੀ ਗਈ, ਇਹ ਤੁਹਾਡਾ ਅੱਜ ਦਾ ਕੁਐਸਚਨ ਹੈ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਜਾਇਓ। 1711, 1710, 1715, 1716, ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖਣਾ ਬੇਟੇ। ਤੇ ਪਲੀਜ਼ ਇੱਕ ਹੰਬਲ ਰਿਕੁਐਸਟ ਹੈ, ਜਿਹੜੇ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ, ਤਾਂ ਜੋ ਜਦੋਂ ਵੀ ਕੋਈ ਨਵੀਂ ਵੀਡੀਓ ਆਉਂਦੀ ਹੈ ਤੁਹਾਡੇ ਤੱਕ ਉਹਦੀ ਨੋਟੀਫਿਕੇਸ਼ਨ ਮਿਲਦੀ ਰਹੇ।
ਬਾਕੀ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬੇਟੇ, ਤਾਂ ਜੋ ਇੱਕ એનર્ਜੀ ਮਿਲਦੀ ਹੈ ਟੀਚਰ ਨੂੰ ਵੀ, ਠੀਕ ਹੈ, ਮਿਹਨਤ ਕਰਨ ਨੂੰ ਹੋਰ ਜ਼ਿਆਦਾ ਦਿਲ ਕਰਦਾ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸਾਥ ਦੇ ਰਹੇ ਹੋ, ਕਿਉਂਕਿ ਹੁਣ ਆਫ ਹੈ, ਮਤਲਬ ਕਿ ਪੇਪਰ ਕੋਈ ਆ ਨਹੀਂ ਰਿਹਾ, ਪਰ ਫਿਰ ਵੀ ਦੇਖੋ 1000+ ਬੰਦੇ ਤੁਸੀਂ ਦੇਖ ਰਹੇ ਹੋ, ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ, ਠੀਕ ਹੈ। ਬਾਕੀ ਹੁਣ ਡੇਲੀ ਆਇਆ ਕਰੂਗੀ ਵੀਡੀਓ, ਤੇ ਇੱਕ ਕੰਪਿਊਟਰ ਦੇ ਕੋਰਸ ਵਾਸਤੇ ਵਾਰ ਵਾਰ ਮੈਸੇਜ ਆ ਰਹੇ ਨੇ ਬੇਟੇ, ਕੰਪਿਊਟਰ ਕੋਰਸ ਆਪਾਂ ਹੁਣ ਸਟਾਰਟ ਕਰ ਦਾਂਗੇ, 1-2 ਦਿਨ ਦਿਓ ਬਸ ਮੈਨੂੰ। ਜਿਹੜਾ ਸਬ ਇੰਸਪੈਕਟਰ ਦਾ ਕੰਪਿਊਟਰ ਸੀਗਾ, ਉਹਦੇ MCQ ਵਗੈਰਾ ਦੀ ਸੀਰੀਜ਼ ਆਪਾਂ ਸਟਾਰਟ ਕਰਨ ਜਾ ਰਹੇ ਹਾਂ, ਜਲਦੀ ਕਰਦਾ ਮੈਂ, ਠੀਕ ਹੈ ਜੀ। ਤਾਂ ਸ਼ੁਕਰੀਆ, ਧੰਨਵਾਦ, ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਸਰਬੱਤ ਦਾ ਭਲਾ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ।